ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਸੰਗਤ ਜੀ, ਅੱਜ ਗੱਲ ਕਰਨ ਜਾ ਰਹੇ ਹਾਂ ਬਰਗਾੜੀ ਕਾਂਡ ਦੇ ਬਾਰੇ। ਮੈਨੂੰ ਪਤਾ ਇਸ ਵੀਡੀਓ ਨੇ ਕਾਫੀ ਜ਼ਿਆਦਾ ਵਿਵਾਦ ਖੜਾ ਕਰਨਾ ਆ ਅਤੇ ਕਾਫੀ ਜ਼ਿਆਦਾ ਹਲਚਲ ਹੋਊਗੀ, ਕਿਉਂਕਿ ਜਦੋਂ ਬਰਗਾੜੀ ਕਾਂਡ ਹੋਇਆ ਤਾਂ ਉਸ ਸਮੇਂ ਸੰਗਤ ਨੂੰ ਪਤਾ ਹੀ ਨਹੀਂ ਚੱਲਿਆ ਕਿ ਹੀਰੋ ਅਸੀਂ ਕਿਸ ਨੂੰ ਸਮਝ ਰਹੇ ਹਾਂ ਅਤੇ ਖਲਨਾਇਕ ਕੌਣ ਆ, ਪਤਾ ਹੀ ਨਹੀਂ ਸੀ ਕੁਝ। ਜੋ ਅਸਲ ਵਿੱਚ ਦਿਖ ਰਿਹਾ ਸੀ ਉਹ ਹੈ ਹੀ ਨਹੀਂ ਸੀ, ਅਤੇ ਜੋ ਅਸਲ ਵਿੱਚ ਹੈਗਾ ਸੀ ਉਹ ਦੇਖਿਆ ਹੀ ਨਹੀਂ। ਪਹਿਲਾਂ ਸਿੱਧੀ ਜੀ ਗੱਲ ਕਰ ਦੇਵਾਂ ਕਿ ਪਾਰਟੀਬਾਜ਼ੀ ਤੋਂ ਉੱਠ ਕੇ, ਧੜੇਬਾਜ਼ੀ ਤੋਂ ਉੱਠ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣ ਕੇ ਆ ਵੀਡੀਓ ਦੇਖਿਓ। ਇਹ ਕੋਈ ਆਸਾਨ ਕਾਰਜ ਨਹੀਂ ਹੈਗਾ ਕਿਸੇ ਦੇ ਲਈ ਵੀ ਐਡੇ ਵੱਡੇ ਕਾਂਡ ਦੇ ਬਾਰੇ ਬੋਲਣਾ, ਪਰ ਹੁਣ ਕੋਈ ਜਦ ਬੋਲ ਹੀ ਨਹੀਂ ਰਿਹਾ ਤਾਂ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪੈਣਾ। ਜਦੋਂ ਕੋਈ ਕਾਰਵਾਈ ਹੋਈ ਨਹੀਂ ਰਹੀ ਤਾਂ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪੈਣਾ। ਅਤੇ ਮੈਨੂੰ ਬਹੁਤਾ ਸਮਾਂ ਨਹੀਂ ਹੋਇਆ, ਮੈਨੂੰ ਹਜੇ ਕਹਿ ਲਓ ਆਹ 1.5-2 ਮਹੀਨੇ ਹੀ ਹੋਏ ਨੇ ਜਦ ਤੋਂ ਮੈਨੂੰ ਪ੍ਰੋਪਰ ਜਾਣਕਾਰੀ ਇਸ ਕਾਂਡ ਬਾਰੇ ਮਿਲੀ ਆ। ਅਤੇ ਕਿਰਪਾ ਕਰਕੇ ਕਮੈਂਟ ਜਿਹਨੇ ਵੀ ਕਰਨਾ ਕਰਿਓ, ਜਿਹਨੇ ਗਾਲ ਕੱਢਣੀ ਕੱਢਿਓ, ਪਰ ਦਲੀਲ ਨਾਲ ਗੱਲ ਕਰੂੰਗਾ ਅਤੇ ਦਲੀਲ ਨਾਲ ਕਮੈਂਟ ਕਰਿਓ। ਮੈਨੂੰ ਪਰਵਾਹ ਵੀ ਕਿਸੇ ਦੀ ਕੋਈ ਹੈ ਨਹੀਂ, ਨਾ ਮੈਂ ਪਹਿਲੇ ਦਿਨ ਤੋਂ ਕਦੇ ਕੀਤੀ ਆ, ਨਾ ਮੈਂ ਕਦੇ ਕਰਨੀ ਆ, ਪਰ ਗੌਰ ਨਾਲ ਸੁਣਿਓ, ਸੱਚਾਈ ਹੈਗੀ ਸੀ। ਬਹੁਤੇ ਦਿਲਾਂ ਨੂੰ ਧੱਕਾ ਵੀ ਲੱਗਣਾ, ਪਰ ਆਪਾਂ ਤਾਂ ਗੁਰੂ ਨੂੰ ਸਮਰਪਿਤ ਹਾਂ ਅਤੇ ਜੋ ਸੱਚਾਈ ਆ ਆਪਾਂ ਤਾਂ ਉਹੀ ਬੋਲਣੀ ਆ। ਬਰਗਾੜੀ ਕਾਂਡ ਆਮ ਆਦਮੀ ਪਾਰਟੀ ਅਤੇ ਪੰਥ ਪ੍ਰੀਤ, ਢਪਾਲੀ, ਮਾਝੀ, ਧੁੰਦਾ ਅਤੇ ਰੁਪਿੰਦਰ ਉਹਨਾਂ ਦੀ ਜਿਹੜੀ ਜੁੰਡਲੀ ਆ ਸਾਰੀ, ਉਹ ਜਿਹਨਾਂ ਨੂੰ ਮਿਸ਼ਨਰੀ ਵੀ ਕਹਿਤਾ ਜਾਂਦਾ, ਪਰ ਸਾਰੇ ਮਿਸ਼ਨਰੀ ਵੀਰ ਨਹੀਂ ਆਉਂਦੇ, ਪਰ ਇਹਦੀ ਜੁੰਡਲੀ ਨੂੰ ਵੀ ਮਿਸ਼ਨਰੀ ਕਿਹਾ ਜਾਂਦਾ, ਇਹ ਸਾਰੀ ਕਤੀੜ ਦਾ ਕੰਮ ਸੀ। ਇਹ ਨਿਸ਼ਾਨਾ ਸੀਗਾ ਵਿਧਾਨ ਸਭਾ ਚੋਣਾਂ ਅਤੇ ਐਸ ਜੀ ਪੀ ਸੀ ਚੋਣਾਂ। ਇਹਨਾਂ ਦੀ ਡੀਲ ਸੀ ਆਪਸ ਦੇ ਵਿੱਚ ਕਿ ਬਰਗਾੜੀ ਕਾਂਡ ਕਰਾਂਗੇ, ਪੂਰਾ ਪੰਜਾਬ ਸੁਲਗ ਉੱਠੂਗਾ, ਲੋਕ ਅਗੇਂਸਟ ਹੋਣਗੇ ਬਾਦਲਾਂ ਦੇ, ਅਤੇ ਬਾਦਲਾਂ ਦੇ ਜਦੋਂ ਅਗੇਂਸਟ ਹੋਣਗੇ ਤਾਂ ਆਪਾਂ ਆਸਾਨੀ ਨਾਲ ਵਿਧਾਨ ਸਭਾ ਚੋਣਾਂ ਜਿੱਤਾਂਗੇ, ਅਤੇ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਆ ਉਹ ਹੈਲਪ ਕਰੂਗੀ ਪੰਥ ਪ੍ਰੀਤ ਉਹਨਾਂ ਦੀ ਐਸ ਜੀ ਪੀ ਸੀ ਦੀਆਂ ਚੋਣਾਂ ਦੇ ਵਿੱਚ, ਤਾਂ ਕਿ ਉਹ ਅਕਾਲ ਤਖ਼ਤ ਸਾਹਿਬ 'ਤੇ ਕਾਬਜ਼ ਹੋ ਸਕਣ ਅਤੇ ਉੱਥੋਂ ਆਪਣਾ ਜਿੰਨਾ ਵੀ ਗੰਦਮੰਦ ਪ੍ਰਚਾਰ ਆ, ਜਿੰਨਾ ਵੀ ਪੁਰਾਤਨ ਸਾਡੀਆਂ ਚੱਲੀਆਂ ਆਉਂਦੀਆਂ ਨੇ ਕਹਿ ਲਓ ਸੰਸਥਾਵਾਂ ਹੋਣ, ਭਾਵੇਂ ਸਾਡੇ ਪੁਰਾਤਨ ਗ੍ਰੰਥ ਨੇ, ਉਹਨਾਂ ਨੂੰ ਭੰਡਣ ਦਾ ਜੋ ਕਾਰਜ ਆ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਵਾਂ ਵੇਦ ਐਲਾਨਣ ਦਾ ਜੋ ਕਾਰਜ ਆ, ਉਸ ਦੇ ਲਈ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਨੇ ਉਹਦੇ ਲਈ ਰਾਹ ਖੋਲ ਦੇਣਗੇ। ਬਾਅਦ ਨੂੰ ਧੱਕਾ ਲੱਗਣਾ ਗੱਲ ਸੁਣ ਕੇ, ਪਰ ਸੱਚਾਈ ਇਹੀ ਆ। ਤੁਹਾਨੂੰ ਮੈਂ ਦੱਸਦਾ ਵੀ ਉਸ ਸਮੇਂ ਹੋਇਆ ਕੀ ਆ ਸਾਰਾ ਕੁਝ। ਜੋ ਸਰੂਪ ਸੀਗਾ ਮੈਂ ਲਿਖ ਕੇ ਰੱਖਿਆ, ਕੋਈ ਪੁਆਇੰਟ ਕੱਟਿਆ ਰਹਿ ਨਾ ਜਾਵੇ ਵਿਚਾਲੇ। ਜੋ ਸਰੂਪ ਸੀ ਉਹ ਲਗਭਗ 6 ਮਹੀਨੇ ਪਹਿਲਾਂ ਚੋਰੀ ਕੀਤਾ ਗਿਆ ਸੀ ਬਰਗਾੜੀ ਵਾਲੇ ਗੁਰੂ ਘਰ ਤੋਂ, ਅਤੇ ਇਸ ਕਾਂਡ ਨੂੰ ਇੱਕ 2 ਦਿਨ ਦੇ ਵਿੱਚ ਅੰਜਾਮ ਨਹੀਂ ਦਿੱਤਾ ਗਿਆ, ਲੰਬੀ ਪਲੈਨਿੰਗ ਸੀਗੀ, ਲੰਬੀ ਪਲੈਨਿੰਗ। ਅਤੇ ਇਸ ਦੇ ਵਿੱਚ ਇਹਨੇ ਕੀ ਕੀਤਾ, ਜਦੋਂ ਸਰੂਪ ਚੋਰੀ ਕੀਤਾ ਤਾਂ ਉਸ ਸਮੇਂ ਮੈਨੂੰ ਵੀ ਸੁਣਨ 'ਚ ਆਈਆਂ ਸੀ ਗੱਲਾਂ ਕਿ ਸਿਰਸੇ ਵਾਲੇ ਸਾਧ ਦੇ ਚੇਲਿਆਂ ਨੇ ਚੋਰੀ ਕਰ ਲਿਆ ਸਰੂਪ, ਸਿਰਸੇ ਵਾਲੇ ਸਾਧ ਦੇ ਚੇਲਿਆਂ ਨੇ ਕਹਿੰਦੇ ਚੋਰੀ ਕਰ ਲਿਆ ਸਰੂਪ, ਅਤੇ ਕਿਹਾ ਕਿ ਸਿੱਖੋ ਆਪਣਾ ਗੁਰੂ ਸਾਡੇ ਕੋਲੋਂ ਛਡਵਾ ਲਓ, ਅਸੀਂ ਅਗਵਾਹ ਕਰ ਲਿਆ ਤੁਹਾਡਾ ਗੁਰੂ, ਤੁਹਾਨੂੰ ਇੰਨਾ ਇਨਾਮ ਦੇਵਾਂਗੇ। ਕਾਫੀ ਇਨਕੁਆਰੀਆਂ ਹੋਈਆਂ, ਕਿਸੇ ਨੂੰ ਸਰੂਪ ਨਹੀਂ ਲੱਭਿਆ। ਉਹ ਅਸਲ ਦੇ ਵਿੱਚ ਸਰੂਪ ਕਿਹਦੇ ਕੋਲ ਸੀ, ਆਹ ਮਲੰਗ ਦੋ ਭਾਈਆਂ ਕੋਲ, ਜਿਹੜੇ ਰੁਪਿੰਦਰ ਹੋਣੀ ਨੇ, ਅਤੇ ਜਿਹੜੀ ਉਹ
ਰਿਕਾਰਡਿੰਗ ਆ, ਕੱਲ ਰਿਕਾਰਡਿੰਗ ਆ, ਉਹ ਬਰਗਾੜੀ ਕਾਂਡ ਤੋਂ ਪਹਿਲਾਂ ਦੀ ਆ, ਜਿਹਦੇ ਵਿੱਚ ਅੰਗਾਂ ਦੀ ਗੱਲ ਕਰਦੇ ਨੇ, ਤੇ ਉਹ ਰਿਕਾਰਡਿੰਗ ਨੂੰ ਗੌਰ ਨਾਲ ਸੁਣਿਓ। ਉਹਦੇ ਵਿੱਚ ਗੱਲ ਕਰਦੇ ਨੇ ਕਿ ਜੀ ਇੱਕ ਬੰਦਾ ਆਉਣਾ ਨਾਲ ਵੀ ਮਹਾਰਾਜ ਦੇ ਅੰਗ ਜੋ ਵੀ ਗੱਲ ਕਰਦੇ ਨੇ ਇਹ ਵੀ ਪਏ ਨੇ ਆਪਣੇ ਕੋਲ, ਤਾਂ ਉਹ ਕਹਿੰਦਾ ਐਵੇਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ, ਫਿਰ ਗਾਹਾਂ ਨਿਕਲ ਜਾਂਦੀ ਆ ਗੱਲ। ਮੇਰੀ ਗੱਲ ਸੁਣੋ, ਆਪਣੇ ਕੋਲ ਫਰਜ਼ ਕਰ ਲਓ ਮਹਾਰਾਜ ਦੇ ਅੰਗ ਪਏ ਹੁਣ, ਆਪਾਂ ਡਰ ਡਰ ਕਿਉਂ ਗੱਲਾਂ ਕਰਾਂਗੇ ਫੋਨ ਤੇ? ਆਪਾਂ ਕਿਉਂ ਇੰਨਾ ਘਬਰਾਵਾਂਗੇ? ਡਰਨ ਦੀ ਕੀ ਗੱਲ ਹੋ ਗਈ ਸੀ ਇੰਨੀ? ਕਿਉਂ ਘਬਰਾ ਰਹੇ ਸੀ ਇਹ? ਸਾਰੀ ਰਿਕਾਰਡਿੰਗ ਦੁਬਾਰਾ ਸੁਣ ਲਓ, ਕਿਉਂ ਡਰ ਰਹੇ ਨੇ? ਮਹਾਰਾਜ ਦੇ ਅੰਗ ਮੇਰੇ ਕੋਲ ਪਏ ਹੁਣ, ਬੇਅਦਬੀ ਵਾਲੇ ਫਰਜ਼ ਕਰ ਲਓ, ਮੇਰੇ ਕੋਲ ਅੰਗ ਪਏ ਹੁਣ, ਮੈਂ ਫੋਨ ਤੇ ਕਿਸੇ ਨਾਲ ਘਬਰਾ ਘਬਰਾ ਕੇ ਕਿਉਂ ਗੱਲ ਕਰੂੰਗਾ? ਮੇਰੇ ਗੁਰੂ ਦੇ ਅੰਗ ਪਏ ਨੇ, ਮੇਰੇ ਕੋਲ ਬੇਅਦਬੀ ਹੋਈ ਆ, ਮੈਂ ਕਿਉਂ ਘਬਰਾਵਾਂ? ਤੇ ਹੋਰ ਦੂਜੀ ਰਿਕਾਰਡਿੰਗ ਆ, ਕਹਿੰਦੇ ਜੀ ਇਹਦੀ ਰੀੜ ਦੀ ਹੱਡੀ ਦੇ ਇਲਾਜ ਦੀ ਖਾਤਰ, ਆ ਮਲੰਗ ਬੰਦੇ ਦੀ ਰੀੜ ਦੀ ਹੱਡੀ ਦੇ ਕਹਿੰਦੇ ਇਲਾਜ ਦੀ ਖਾਤਰ ਪੈਸੇ ਭੇਜੇ ਸੀ ਬਾਹਰੋਂ ਕਿਸੇ ਬੰਦੇ ਨੇ, ਤੇ ਉਹਦੀ ਰਿਕਾਰਡਿੰਗ ਸੁਣੋ, ਕਿਹੜੀ ਰੀੜ ਦੀ ਹੱਡੀ ਦੀ ਗੱਲ ਕਰ ਰਹੇ ਨੇ? ਉਹਦੇ ਵਿੱਚ ਤਾਂ ਗੱਲ ਹੋ ਰਹੀ ਆ ਕਿ ਸੇਵਾ ਭੇਜਣੀ ਆ ਬਾਹਰੋਂ, ਇਹ ਕਹਿੰਦਾ ਜੀ ਮੇਰਾ ਏਟੀਐਮ ਦੇ ਦੂੰਗਾ ਮੈਂ ਬੰਦਿਆਂ ਨੂੰ, ਤੇ ਉਹ ਸਾਰਿਆਂ ਦੇ ਵਿੱਚ ਸੇਵਾ ਵੰਡ ਦੇਣਗੇ। ਨਾ ਇਹਦੀ ਰੀੜ ਦੀ ਹੱਡੀ ਦਾ ਇਲਾਜ ਕਰਾਉਣ ਦੀ ਸੇਵਾ ਲੋਕਾਂ 'ਚ ਵੰਡਣੀ ਸੀ? ਕਿਹੜੀ ਰੀੜ ਦੀ ਹੱਡੀ ਦੀ ਗੱਲ ਆ ਉੱਥੇ? ਤੇ ਨਾਲੇ ਬੰਦਾ 2-3 ਮਹੀਨੇ 'ਚ ਠੀਕ ਵੀ ਹੋ ਗਿਆ, ਰੀੜ ਦੀ ਹੱਡੀ ਦਾ ਤਾਂ ਰੋਗ ਇਹੋ ਜਿਹਾ ਤਾਂ ਸਾਰੀ ਉਮਰ ਨਹੀਂ ਪਿੱਛਾ ਛੱਡਦਾ, ਤੇ ਇਹ ਭੰਗੜੇ ਪਾਉਂਦੇ ਫਿਰਦੇ ਨੇ, ਇਹਦੀ ਵੀਡੀਓ ਹੁਣ ਹੋਈ ਆ ਇੱਕ ਵਾਇਰਲ ਜਿਹਦੇ ਵਿੱਚ ਭੰਗੜੇ ਪਾਉਂਦੇ ਫਿਰਦੇ ਨੇ, ਇਹ ਆਪਣੀਆਂ ਰਿਪੋਰਟਾਂ ਦਿਖਾਉਣ ਰੀੜ ਦੀ ਹੱਡੀ ਵਾਲੀਆਂ, ਕਿੱਥੋਂ ਸਰਜਰੀ ਕਰਾਈ ਉਹ ਵੀ ਦੱਸਣ। ਕੋਈ ਸਰਜਰੀ, ਕੋਈ ਡਾਕਟਰ, ਕੋਈ ਐਡੀ ਛੇਤੀ ਠੀਕ ਨਹੀਂ ਕਰ ਸਕਦਾ ਇਹ ਰੋਗ ਨੂੰ ਵੀ ਬੰਦਾ ਭੰਗੜੇ ਪਾਉਂਦਾ ਫਿਰੇ, 2 ਮਹੀਨੇ ਬਾਅਦ ਚੱਲਣ ਲੱਗ ਜਾਵੇ ਸਟ੍ਰੈਚਰ 'ਤੇ ਪਿਆ ਬੰਦਾ। ਉਸ ਸਮੇਂ ਕੀ ਹੋਇਆ, ਜਿਹੜੇ ਕਹਿੰਦੇ ਨੇ ਸਾਡੇ ਕੋਲ ਬੇਅਦਬੀ ਵਾਲੇ ਅੰਗ ਪਏ ਸੀ, ਕੋਈ ਨਹੀਂ ਸੀਗੇ ਇਹਦੇ ਕੋਲ। ਸੁਣੋ, ਬਰਗਾੜੀ ਤੋਂ ਜਿਹੜਾ ਸਰੂਪ ਸੀ ਠੀਕ ਆ, ਇਹਨਾਂ ਨੇ ਕੀਤਾ ਚੋਰੀ, ਚੋਰੀ ਕਰਕੇ ਇਹਨਾਂ ਦੇ ਕੋਲ ਅੰਗ ਪਏ ਸੀ, ਇਹਨਾਂ ਨੇ ਅੰਗ ਖਿਲਾਰੇ, ਫਿਰ ਜਦੋਂ ਬਰਗਾੜੀ ਕਾਂਡ ਨੂੰ ਇਹਨਾਂ ਨੇ ਬੁਰਾ ਅੰਜਾਮ ਦਿੱਤਾ, ਅੰਗ ਖਿਲਾਰੇ ਇਹਨਾਂ ਨੇ, ਤੇ ਅੰਗ ਖਿਲਾਰਨ ਤੋਂ ਬਾਅਦ ਜਿਹੜੇ ਉਹ ਅੰਗ ਸੀਗੇ ਇਕੱਠੇ ਕਰਕੇ ਜਦੋਂ ਗਾਹਾਂ ਲੈ ਕੇ ਗਏ ਨੇ, ਕਿਥੋਂ ਦੇ ਧਰਨਾ ਲੱਗਿਆ ਹੋਇਆ ਸੀਗਾ ਜਿੱਥੇ ਪੁਲਿਸ ਨੇ ਕਾਫੀ ਜ਼ਿਆਦਾ ਪਾਣੀ ਮਾਰਿਆ ਸੰਗਤ ਦੇ, ਤਾਂ ਉੱਥੋਂ ਜਿਹੜੇ ਉਹ ਅੰਗ ਸੀ ਉੱਥੇ ਉਹਦੀ ਬੇਅਦਬੀ ਹੋ ਰਹੀ ਸੀ, ਸਾਰੇ ਪਾਸੇ ਭੱਜਦੜ ਮੱਚੀ ਹੋਈ ਸੀਗੀ। ਤੇ ਉੱਥੋਂ ਕੁਝ 2 ਸਿੰਘ ਸੀਗੇ, ਇੱਕ ਦਾ ਨਾਮ ਬਲਰਾਜ ਸਿੰਘ, ਦੂਜੇ ਦਾ ਨਾਮ ਆ ਸੁਰਿੰਦਰ ਸਿੰਘ। ਸੁਰਿੰਦਰ ਸਿੰਘ ਹੈਗਾ ਸਰਪੰਚ, ਸਰਪੰਚ ਸੀਗਾ ਉਸ ਸਮੇਂ ਸੁਰਿੰਦਰ ਸਿੰਘ। ਉਹਨਾਂ ਨੇ ਅੰਗ ਚੱਕੇ ਤੇ ਉਹ ਇੱਕ ਸੁਨਿਆਰੇ ਕੋਲ ਭੇਜੇ, ਕੋਟਕਪੂਰੇ, ਉਹ ਜਿਹੜੇ ਅੰਗ ਸੀ ਕੋਟਕਪੂਰੇ ਭੇਜੇ, ਉਹਨੇ ਆਪਣੇ ਲੌਕਰ ਵਿੱਚ ਰੱਖ ਲਏ ਸੀ ਇਹ। ਤੇ ਗਾਹਾਂ ਪੰਥਪ੍ਰੀਤ ਸੀਗਾ ਜਿਹੜਾ, ਇਹਨੂੰ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਹੋਇਆ ਸੀ, ਪੁਲਿਸ ਵਾਲੇ ਮੰਗਦੇ ਸੀ ਅੰਗ, ਤਾਂ ਇਹਨਾਂ ਨੇ ਕੀ ਕੀਤਾ, ਅੰਗਾਂ ਦੇ ਬਦਲੇ ਉਹਨੂੰ ਛਡਾਇਆ। ਮਾਝੀ ਨਾਲ ਜਾਣ ਪਛਾਣ ਸੀਗੀ ਉਹਦੀ, ਸੁਨਿਆਰੇ ਦੀ ਮਾਝੀ ਨਾਲ ਜਾਣ ਪਛਾਣ ਸੀ। ਪੰਥਪ੍ਰੀਤ ਹੈਗਾ, ਪੰਥਪ੍ਰੀਤ ਦਾ ਮੁੰਡਾ ਤੇ ਮਾਝੀ, ਉਹਨਾਂ ਤੋਂ ਜਾ ਕੇ ਅੰਗ ਲੈ ਕੇ ਆਏ, ਪੁਲਿਸ ਵਾਲਿਆਂ ਨੂੰ ਦਿੱਤੇ, ਤੇ ਪੁਲਿਸ ਵਾਲਿਆਂ ਨੂੰ ਅੰਗ ਦਿੱਤੇ ਤੇ ਪੰਥਪ੍ਰੀਤ ਛਡਾਇਆ। ਨਾ ਕੀ ਗੱਲ, ਪੰਥਪ੍ਰੀਤ ਅੰਗਾਂ ਤੋਂ ਜ਼ਿਆਦਾ ਕੀਮਤੀ ਸੀ ਗੁਰੂ ਸਾਹਿਬ ਦੇ ਉਦੋਂ। ਫਿਰ SGPC ਨੇ ਜ਼ੋਰ ਪਾ ਕੇ, ਜਿੱਥੋਂ ਤੱਕ ਮੈਨੂੰ ਪਤਾ ਆ, ਇਹ SGPC ਨੇ ਜ਼ੋਰ ਪਾ ਕੇ ਅੰਗ ਲਏ, ਮੁਕਤਸਰ ਸਾਹਿਬ ਗੁਰਦੁਆਰੇ ਦੇ ਵਿੱਚ ਅੱਜ ਵੀ ਪਏ ਨੇ ਅੰਗ ਉਹ। ਇਹਨਾਂ ਦੋਵਾਂ ਭਰਾਵਾਂ ਦੇ ਤਾਂ ਹੱਥ ਲੱਗਾ ਹੀ ਨਹੀਂ ਉਹ ਅੰਗ, ਇਹ ਕਹਿੰਦੇ ਨੇ ਜੀ ਅੰਗ ਉਹ ਸੀਗੇ, ਬੇਅਦਬੀ ਵਾਲੇ ਅੰਗ ਸੀ ਸਾਡੇ ਕੋਲ। ਜੇ ਬੇਅਦਬੀ ਵਾਲੇ ਅੰਗ ਪਏ ਵੀ ਹੁੰਦੇ, ਡਰ ਡਰ ਕੇ ਫੋਨ ਤੇ ਕਿਉਂ ਗੱਲਾਂ ਕਰ ਰਹੇ ਹੋ? ਅਸਲ ਵਿੱਚ ਇਹਨਾਂ ਨੇ 6 ਮਹੀਨੇ ਪਹਿਲਾਂ ਲਗਭਗ ਚੋਰੀ ਕਰ ਲਿਆ ਸੀ। ਮਹਾਰਾਜ ਦਾ ਸਰੂਪ ਸਿਰਸੇ ਵਾਲੇ ਦੇ ਸਿਰ ਮੜਨ ਦੇ ਲਈ ਸਾਰਾ ਇਹਨਾਂ ਨੇ ਉੱਥੇ ਲਿਖ ਕੇ ਲਾਇਆ ਸੀਗਾ, ਇਹ ਗੱਲ ਫੈਲਾਤੀ ਸੀ ਸਿੰਘਾਂ ਦੇ ਵਿੱਚ ਕਿ ਸਿਰਸੇ ਵਾਲਿਆਂ ਵੱਲੋਂ ਲਿਖਿਆ ਸੀ ਕਿ ਤੁਹਾਡਾ ਮਹਾਰਾਜ ਆ, ਜੋ ਤੁਹਾਡਾ ਜੋ ਗੁਰੂ ਆ ਸਾਡੇ ਕਬਜ਼ੇ 'ਚ ਆ, ਛਡਾਉਣਾ ਤਾਂ ਛਡਾ ਲਓ, ਇੰਨਾ ਇਨਾਮ ਦੇਵਾਂਗੇ ਜੇ ਹਿੰਮਤ ਆ ਤਾਂ ਲੱਭ ਲਓ, ਆ ਪਿੰਡ ਦੇ ਵਿੱਚ ਆ, ਐਂ ਕਿਹਾ ਸੀਗਾ। ਬਹੁਤ ਇਨਕੁਆਰੀਆਂ ਹੀ ਕਿਸੇ ਨੂੰ ਨਹੀਂ ਲੱਭਿਆ। ਉਸੇ ਸਰੂਪ ਦੇ ਅੰਗ ਇਹਨਾਂ ਨੇ ਖਿਲਾਰੇ ਸੀਗੇ ਜੋ ਵੀ ਸੀਗਾ। ਤੇ ਅੱਗੇ ਗੱਲ ਕਰ ਲਈਏ ਹੁਣ ਪੰਥਪ੍ਰੀਤ ਉਹਨਾਂ ਦੀ, ਬਹੁਤ ਨੂੰ ਹੋਊਗਾ ਵੀ ਇਹਨਾਂ ਨੇ ਐਡਾ ਕੰਮ ਕਿਉਂ ਕਰਨਾ।
ਇਹ ਤਾਂ ਜੀ ਆਪਣੇ ਗੁਰੂ ਦੀ ਐਡੀ ਬੇਅਦਬੀ ਕਿਉਂ ਕਰ ਸਕਦੇ ਨੇ ਭਰਾਵੋ, ਇਹਨਾਂ ਦਾ ਪ੍ਰਚਾਰ ਸੁਣਿਓ, ਗੁਰੂ ਨੂੰ ਇਹ ਸਿਰਫ ਇੱਕ ਕਿਤਾਬ ਸਮਝਦੇ ਨੇ, ਸਰਨੇ ਨਾਲ ਇਹਨਾਂ ਦੇ ਸਿੱਧੇ ਸੰਬੰਧ ਨੇ। ਸਰਨਾ ਕੌਣ ਆ? ਸਭ ਨੂੰ ਇਹ ਪਤਾ ਆ ਸਰਨੇ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਨੇ, ਸਭ ਨੂੰ ਪਤਾ। ਬਾਦਲ ਸਰਕਾਰ ਦਾ ਇਹਨੇ ਰੌਲਾ ਪਾਤਾ ਜੀ, ਬਾਦਲਾਂ ਨੇ ਕਰਤਾ। ਬਾਦਲਾਂ ਨੇ ਜਿਹੜੀ ਗਲਤੀ ਕੀਤੀ ਸੀ ਉਹ ਸੀਗੀ ਉਹਨੂੰ ਸਿਰਸੇ ਵਾਲੇ ਬੁੱਜੜ ਨੂੰ ਮਾਫੀ ਦੀ, ਸਭ ਤੋਂ ਵੱਡੀ ਗਲਤੀ ਸੀ ਉਹਨਾਂ ਦੀ। ਮੈਂ ਵੀ ਰੱਜ ਕੇ ਵਿਰੋਧ ਕੀਤਾ ਉਸ ਚੀਜ਼ ਦਾ, ਪਰ ਅਸੀਂ ਐਡੇ ਵੀ ਬੇਵਕੂਫ ਨਹੀਂ ਹੈਗੇ ਕਿ ਇੰਨਾ ਨਾ ਸਮਝ ਸਕੀਏ ਕਿ ਬਰਗਾੜੀ ਵਰਗਾ ਕਾਂਡ ਕੋਈ ਮੌਜੂਦਾ ਸਰਕਾਰ ਆਪਣੇ ਰਾਜ ਦੇ ਵਿੱਚ ਕਰਵਾ ਦੇਵੇ। ਬਾਦਲ ਛੱਡੋ, ਕਾਂਗਰਸ ਵੀ ਹੁੰਦੀ ਨਾ ਮੌਜੂਦਾ, ਕਾਂਗਰਸ ਦੀ ਗੱਲ ਕਰ ਰਿਹਾ ਜਿਹਨਾਂ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਕਾਤਲ ਪਾਰਟੀ ਮੰਨਿਆ ਜਾਂਦਾ ਆ, ਤੇ ਉਹ ਜੇ ਪਾਰਟੀ ਹੁੰਦੀ ਮੌਜੂਦਾ ਉਸ ਸਮੇਂ, ਉਹ ਪਾਰਟੀ ਵੀ ਇਹ ਗੰਦ ਨਾ ਕਰਦੀ, ਆਹ ਕੰਮ ਕਰਦੀ। ਉਹਦੇ ਨਾਲ ਤਾਂ ਸਿੱਧਾ ਹੀ ਪਤਾ ਵੀ ਹਾਰ ਤਾਂ ਇਹ ਆ ਸਰਕਾਰ ਦੇ ਸਿਰ, ਇਲਜ਼ਾਮ ਲੱਗਣਾ ਆ, ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ। ਬਾਦਲ ਜੋ 5 ਵਾਰ ਮੁੱਖ ਮੰਤਰੀ ਰਹਿ ਲਿਆ, ਉਹ ਬੰਦਾ ਇਹੋ ਜਿਹਾ ਕਾਂਡ ਕਰਵਾਊਗਾ? ਐਡਾ ਮੂਰਖ ਤੁਰਿਆ ਫਿਰਦਾ ਉਹ? ਉਹਨਾਂ ਨੇ ਦਵਾਈ ਸੀ ਸਿਰਸੇ ਵਾਲੇ ਨੂੰ ਮਾਫੀ, ਤੇ ਸੰਗਤ ਨੇ ਵਿਰੋਧ ਕੀਤਾ ਤੇ ਉਹਨੇ ਮਾਫੀ ਵਾਪਸ ਵੀ ਲੈ ਲਈ। ਇਹ ਕਹਿੰਦੇ ਨੇ ਜੀ ਜਥੇਦਾਰਾਂ ਨੇ ਮਾਫੀ ਦੇ ਦਿੱਤੀ, ਜੇ ਵਿਰੋਧ ਕੀਤਾ ਸੰਗਤ ਨੇ ਵਾਪਸ ਵੀ ਲੈ ਲਈ। ਜਥੇਦਾਰ ਬਾਗੀ ਹੋਏ ਨੇ ਕਦੇ ਕੌਮ ਤੋਂ, ਕੁਛ ਵੀ ਕੀਤਾ, ਕੌਮ ਖੜੇ ਅੜ ਕੇ ਮੂਹਰੇ ਉਹਨਾਂ ਦੇ ਕਿ ਆਹ ਕੀ ਕੰਮ ਕਰ ਰਹੇ ਹੋ, ਅਗਲਿਆਂ ਨੇ ਜਦੇ ਉਹ ਵਾਪਸ ਵੀ ਲੈ ਲਈ। ਪਰ ਇਹਨਾਂ ਨੇ ਜੋ ਕੰਮ ਕੀਤਾ ਉਸ ਚੀਜ਼ ਦੀ ਆੜ ਦੇ ਵਿੱਚ, ਇਹ ਰੌਲਾ ਕੀ ਪਾਉਂਦੇ ਰਹੇ ਕਿ ਜੀ ਨੀਲੀਆਂ ਪੱਗਾਂ ਵਾਲਿਆਂ ਨੂੰ ਵੋਟਾਂ ਨਹੀਂ ਪਾਉਣੀਆਂ, ਅਸੀਂ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ, ਵਿਧਾਨ ਸਭਾ ਦੀਆਂ ਚੋਣਾਂ 'ਚ ਇਹਨਾਂ ਨੂੰ ਹਰਾਉਣਾ ਆ। ਬਰਗਾੜੀ ਵਿਖੇ ਕਾਂਡ ਕੀ ਹੋਇਆ? ਮਹਾਰਾਜ ਦੀ ਬੇਅਦਬੀ ਹੋਈ ਹੈ ਤੇ ਰੌਲਾ ਪਾਉਂਦੇ ਨੇ ਵੋਟਾਂ ਦਾ, ਤੁਸੀਂ ਆਪੇ ਸਮਝੋ ਗੱਲ ਕੀ ਕਰ ਰਹੇ ਸੀ। ਇਹਨਾਂ ਦਾ ਨਿਸ਼ਾਨਾ ਹੀ ਇਹ ਸੀ ਕਿ ਪੂਰੀ ਮਾਲਵਾ ਬੈਲਟ ਦੇ ਵਿੱਚ ਹਰਾਉਣਾ, ਇਹਨਾਂ ਨੂੰ ਪੂਰੀ ਮਾਲਵਾ ਬੈਲਟ ਦੇ ਵਿੱਚ ਹਰਾ ਕੇ, ਤੇ ਆਮ ਆਦਮੀ ਪਾਰਟੀ ਦੀ ਇਹਨੂੰ ਜਿੱਤ ਯਕੀਨੀ ਨਜ਼ਰ ਆਉਂਦੀ ਸੀ, ਤੇ ਮਾੜਾ ਮੋਟਾ ਵੀ ਜਿਹੜਾ ਕੰਡਾ ਸੀਗਾ ਉਹ ਵੀ ਇਹਨੇ ਕੱਢਣਾ ਸੀ, ਆਪ ਇਹਨਾਂ ਨੇ ਹੀਰੋ ਬਣਨਾ ਸੀ ਪੂਰੇ। ਦੇਖੋ ਜਦੋਂ ਬਰਗਾੜੀ ਕਾਂਡ ਹੋਇਆ ਤਾਂ ਆਹ ਪੰਥ ਫਰੀਦ ਸਭ ਤੋਂ ਪਹਿਲਾਂ ਪਹੁੰਚਿਆ ਉੱਥੇ, ਅੱਜ ਤੋਂ ਪਹਿਲਾਂ ਮਹਾਰਾਜ ਦੇ ਕਿੰਨੇ ਸਰੂਪਾਂ ਦੀ ਬੇਅਦਬੀ ਹੋਈ ਆ, ਬਾਅਦ ਵਿੱਚ ਵੀ ਹੋਈ ਆ, ਇਹ ਕਿੰਨਿਆਂ ਕਿਤੇ ਪਹੁੰਚੇ ਉਸ ਤਰ੍ਹਾਂ? ਉਸ ਮਾਮਲੇ ਉਹਨਾਂ ਮਾਮਲਿਆਂ ਨੂੰ ਕਿਉਂ ਨਹੀਂ ਹਾਈਲਾਈਟ ਕੀਤਾ ਗਿਆ ਬਰਗਾੜੀ ਵਾਂਗ, ਕਿਉਂ ਨਹੀਂ ਕੀਤਾ ਗਿਆ? ਹੋਰ ਸੁਣੋ, ਕਹਾ ਹੁਣ ਵੱਡੀ ਗੱਲ ਹੋਰ ਕਰਨ ਜਾ ਰਿਹਾ। ਢੰਡਰੀਆਂ ਵਾਲਾ ਨਾਲ ਸੀ ਇਹਨਾਂ ਦੇ, ਇਹਦੇ ਨਾਲ ਡੀਲ ਸੀਗੀ, ਇਹਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਉਣਾ ਸੀ ਇਹਨਾਂ ਨੇ, ਇਹਨੂੰ ਬੁੱਝੜ ਨੂੰ। ਮੈਨੂੰ ਕਈ ਬੰਦੇ ਕਹੀ ਜਾਂਦੇ ਨੇ ਤੂੰ ਢੰਡਰੀਆਂ ਵਾਲੀ ਸਪੋਰਟ ਕਰੀ ਜਾਂਦਾ, ਸਪੋਰਟ ਨਹੀਂ ਸੀ ਕਰਦਾ, ਇਹਨਾਂ ਦਾ ਆਪਸ ਵਿੱਚ ਪੈ ਗਿਆ ਰੌਲਾ। ਢੰਡਰੀਆਂ ਨੂੰ ਪਤਾ ਵੀ ਇਹਦੇ ਬਰਗਾੜੀ ਕਾਂਡ ਦੇ ਖੁਲਾਸੇ ਹੋਣ ਜਾ ਰਹੇ ਨੇ, ਪਤਾ ਲੱਗ ਚੁੱਕਿਆ, ਉਹਨਾਂ ਦੇ ਨਾਲ ਹੁਣ ਲੜ ਰਿਹਾ ਉਹ ਪੰਥ ਫਰੀਦ, ਉਹਨਾਂ ਦੇ ਨਾਲ ਇੱਕ ਦੂਜੇ ਦੇ ਵਿਰੁੱਧ ਵੀਡੀਓ ਪਾਉਣ ਲੱਗੇ ਹੋਏ ਨੇ। ਉਹਨੂੰ ਇਹ ਮੈਨੂੰ ਤਾਂ ਪਾਸੇ ਹੋ ਜਾਵਾਂ, ਬਚਣ ਦੀ ਕੋਸ਼ਿਸ਼ ਕਰਦਾ, ਮੈਂ ਸਿਰਫ ਸੰਗਤ ਦੇ ਸਾਹਮਣੇ ਇਹਨਾਂ ਦਾ ਲੜਾਈ ਝਗੜਾ ਜੋ ਉਹਨੂੰ ਹਾਈਲਾਈਟ ਕਰਨ ਦੇ ਲਈ ਕਿਹਾ ਸੀ ਕਿ ਬਾਬਾ ਜੀ ਵਧੀਆ ਤੁਸੀਂ ਪੰਥ ਦੇ ਦੁਖੀਆਂ ਦੀ ਬੱਸ ਕਰਾਤੀ, ਤਾਂ ਕਿ ਇਹਨਾਂ ਦੇ ਝਗੜੇ ਨੂੰ ਦੇਖ ਸਕਣ ਸੰਗਤ ਦੇਖ ਸਕੇ, ਇਹ ਜੇ ਬੁੱਝੜੇ ਤਾਂ ਮੋਈਓ ਨਾਲ ਸਪੋਰਟ ਕਰਾ। ਕਾਂਗਰਸ ਨੇ 1984 ਦੇ ਵਿੱਚ ਅਕਾਲ ਤਖ਼ਤ ਸਾਹਿਬ 'ਤੇ ਅਟੈਕ ਕਰਾਇਆ, ਅਤੇ ਇਹਨਾਂ ਦੇ ਵਿੱਚ ਵੀ ਕੀ ਕਮੀ ਰਹਿ ਗਈ? ਇਹਨਾਂ ਨੇ ਮਹਾਰਾਜ ਦੇ ਸਰੂਪ ਅੰਗ ਪਾੜ ਕੇ ਖਿਲਾਰਤਾ, ਕਾਹਦੀ ਖਾਤਰ? ਅਕਾਲ ਤਖ਼ਤ ਸਾਹਿਬ ਦੇ ਕਾਬਜ਼ ਹੋਣ ਦੀ ਖਾਤਰ। ਢੰਡਰੀਆਂ ਵਾਲਾ ਨਾਲ ਸੀ ਇਹਨਾਂ ਦੇ ਇਹ ਕਾਂਡ ਦੇ ਵਿੱਚ, ਬਰਗਾੜੀ ਵਿਖੇ ਜਦੇ ਪਹੁੰਚੇ ਨੇ ਇਹ ਢੰਡਰੀਆਂ ਵਾਲਾ, ਉਹ ਨਹੀਂ ਕਿਤੇ ਚਲੇ ਜਾਂਦਾ, ਬਰਗਾੜੀ ਵਿਖੇ ਕਿਉਂ ਪਹੁੰਚਿਆ? ਇਹਨਾਂ ਦੀ ਪੂਰੀ ਚਾਲ ਕੀ ਸੀ ਹੁਣ ਉਹ ਸੁਣਾਉਣਾ ਤੁਹਾਨੂੰ। ਇਹਨਾਂ ਨੇ ਕੀ ਕਰਨਾ ਸੀ? ਜੋ ਵੀ ਆ ਕਾਂਡ ਕਰਵਾ ਕੇ ਉਸ ਤੋਂ ਬਾਅਦ ਵਿੱਚ ਸਰਬੱਤ ਖਾਲਸਾ ਕਰਨਾ ਸੀ। ਸਰਬੱਤ ਖਾਲਸੇ ਦੇ ਵਿੱਚ ਢੰਡਰੀਆਂ ਵਾਲੇ ਨੂੰ ਐਲਾਨਣਾ ਸੀ ਇਹਨਾਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ। ਪਰ ਉਸ ਸਮੇਂ ਮੌਕੇ ਤੇ ਕੀ ਹੋਇਆ? ਭਾਈ ਅਮਰੀਕ ਸਿੰਘ ਅਜਨਾਲਾ ਨੇ ਜਿਹੜੇ ਉਹ ਸਿੰਘ ਜਾਂ ਹੋਰ ਬਾਕੀ ਸਿੰਘ ਵੀ ਵਿੱਚ ਆ ਗਏ, ਕਿਉਂਕਿ ਗੁਰੂ ਤਾਂ ਸਾਰਿਆਂ ਦਾ ਹੀ ਆ। ਇਹ ਸੋਚਦੇ ਸੀ ਕਿ ਕਿਤੇ ਜਿਹੜੇ ਢੰਡਰੀਆਂ ਵਾਲੇ ਨੇ ਜਾਂ ਪੰਥ ਫਰੀਦ ਹੋਣੀ ਮਰਜ਼ੀ ਢਪਾਲੀ ਜਿੰਨੇ ਵੀ ਆ ਮਿਸ਼ਨਰੀ ਕਤੀੜਾ 96 ਵਾਲੀ ਦਸਮ ਗ੍ਰੰਥ ਦੀ ਵਿਰੋਧੀ ਕਤੀੜਾ ਜਿਹੜੀ, ਇਹਨਾਂ ਦੀ ਸਾਰਿਆਂ ਦੀ
ਇਹੀ ਸੀ ਕਿ ਅਸੀਂ ਹੀਰੋ ਬਣ ਗਿਆ ਬਣ ਜਾਂਗੇ ਪੂਰੀ ਕੌਮ ਦੇ ਵਿੱਚ, ਬਰਗਾੜੀ ਗਾਂਢ ਕਰਵਾ ਕੇ ਕੌਮ ਸਾਡੀ ਓ ਸੁਣੂਗੀ, ਫਿਰ ਅਸੀਂ ਸਰਬੱਤ ਖਾਲਸਾ ਕਰਾਵਾਂਗੇ ਅਤੇ ਆਪਣੀ ਮਰਜ਼ੀ ਨਾਲ ਸਾਰਿਆਂ ਨੂੰ ਲੀਡਰ ਲਾ ਕੇ ਪਹਿਲਾਂ ਹੀ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹ ਲਾਂਗੇ। ਜਦੋਂ ਐਸ ਜੀ ਪੀ ਸੀ ਦੀਆਂ ਵੋਟਾਂ ਹੋਣਗੀਆਂ ਉਦੋਂ ਤਾਂ ਆਮ ਆਦਮੀ ਪਾਰਟੀ ਦੀ ਇਹਨੂੰ ਪਤਾ ਸੀ ਕਿ ਸਰਕਾਰ ਆਈ ਜਾਣੀ ਆ, ਬਾਦਲਾਂ ਦੀ ਹਾਰ ਹੁਣ ਤਾਏ ਆ, ਅਤੇ ਉਸ ਤੋਂ ਬਾਅਦ ਵਿੱਚ ਐਸ ਜੀ ਪੀ ਸੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਹਦੀ ਮਦਦ ਕਰਨੀ ਸੀ। ਇਹ ਤਾਂ ਪਹਿਲੇ ਹੀ ਲੀਡਰ ਲੱਗੇ ਹੋਣੇ ਸੀ, ਸਰਕਾਰ ਇਹਨੂੰ ਸੰਗਤ ਨੇ ਪਹਿਲੇ ਹੀ ਸਵੀਕਾਰ ਕਰ ਲੈਣਾ ਸੀ। ਪਰ ਉਸ ਸਮੇਂ ਮਹਾਰਾਜ ਨੇ ਦੇਖੋ ਕਿੰਨਾ ਵਧੀਆ ਕੀਤਾ, ਜਿਹੜੇ ਚੜ੍ਹਦੀ ਕਲਾ ਵਾਲੇ ਸਿੰਘ ਸੀਗੇ ਉਹ ਵਿੱਚ ਆਵੜੇ, ਕਿਉਂਕਿ ਗੁਰੂ ਤਾਂ ਸਾਰਿਆਂ ਦਾ ਹੀ ਆ। ਫਿਰ ਇਹਨਾਂ ਨੂੰ ਪੈ ਗਈ ਬਿਪਤਾ ਵੀ ਇਹ ਬੰਦੇ ਵਿੱਚ ਆਵੜੇ ਨੇ ਨਾ, ਸਾਨੂੰ ਲੀਡਰ ਬਣਨ ਨਹੀਂ ਦੇਣਾ। ਢੰਡਰੀਆਂ ਵਾਲਾ ਸਭ ਤੋਂ ਪਹਿਲਾਂ ਪਿੱਛੇ ਹਟ ਜਾ, ਉਦੋਂ ਢੰਡਰੀਆਂ ਵਾਲੇ ਦੇ ਮਗਰ ਇੱਕ ਹੋਰ ਨਾਲ ਦਾ ਸੀਗਾ, ਉਹ ਪਿੱਛੇ ਹਟ ਜਾ। ਫਿਰ ਕਰਦੇ ਕਰਾਉਂਦੇ ਸਾਰੇ ਹੀ ਪਰੇ ਹੋ ਗਏ। ਸਰਬੱਤ ਖਾਲਸਾ ਹੋਇਆ, ਸਰਬੱਤ ਖਾਲਸਾ ਦੇ ਵਿੱਚ ਆਪ ਕਿਉਂ ਨਹੀਂ ਗਏ? ਸਰਬੱਤ ਖਾਲਸਾ ਸਾਰੀ ਕੌਮ ਦਾ ਸਾਂਝਾ ਸੀਗਾ ਨਾ, ਗੁਰੂ ਦਾ ਸਾਰਿਆਂ ਦਾ ਸਾਂਝਾ ਨਾ। ਉਸ ਸਮੇਂ ਵੀ ਜਿਹੜੇ ਬੰਦਿਆਂ ਨੇ ਆਪਣੀਆਂ ਜਿੱਦਾਂ ਨਹੀਂ ਛੱਡੀਆਂ, ਤੁਸੀਂ ਆਪ ਅੰਦਾਜ਼ਾ ਲਾ ਲਓ ਉਹ ਬੰਦੇ ਕਿੱਡੇ ਕੁ ਦਿਲ ਦੇ ਸਾਫ਼ ਹੋਣਗੇ। ਫਿਰ ਅਸੀਂ ਧੰਨਵਾਦੀ ਹਾਂ ਮਾਨ ਸਾਹਿਬ ਦੇ, ਸ਼੍ਰੋਮਣੀ ਅਕਾਲੀ ਦਲ ਦੇ ਜੋ ਲੀਡਰ ਨੇ, ਅਤੇ ਭਾਈ ਜਸਕਰਨ ਸਿੰਘ ਦੇ ਧੰਨਵਾਦੀ ਹਾਂ, ਅਤੇ ਇਸ ਤੋਂ ਇਲਾਵਾ ਅਜਨਾਲੇ ਵਾਲਿਆਂ ਦੇ ਧੰਨਵਾਦੀ ਹਾਂ, ਸਿੰਘਾਂ ਦੇ, ਜਿਨ੍ਹਾਂ ਨੇ ਉਸ ਸਮੇਂ ਵਿੱਚ ਵੜ ਕੇ ਇਹਨਾਂ ਦਾ ਜਿੰਨਾ ਵੀ ਸੀਗਾ ਪਲੈਨ ਉਦੋਂ ਫੇਲ ਕਰਤਾ। ਉਹਨਾਂ ਨੂੰ ਉਸ ਸਮੇਂ ਵੀ ਪਤਾ ਲੱਗ ਗਿਆ ਸੀ, ਉਸ ਸਮੇਂ ਹੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਜੋ ਕਾਂਡ ਆ ਇਹਨਾਂ ਦੀ ਕਰਤੂਤ ਆ ਆਮ ਆਦਮੀ ਪਾਰਟੀ ਨਾਲ ਮਿਲ ਕੇ, ਪਤਾ ਲੱਗ ਗਿਆ ਸੀ ਉਹਨਾਂ ਨੂੰ। ਪਰ ਉਸ ਸਮੇਂ ਲੋਕ ਇੰਨੇ ਅੰਨੇ ਹੋਏ ਫਿਰਦੇ ਸੀ, ਪੁਲਿਸ ਨੇ ਜਦੋਂ ਇਹ ਚੱਕੇ ਨੇ ਸਾਰੇ, ਇਹਨਾਂ ਦੇ ਬਿਆਨ ਨਹੀਂ ਮਿਲੇ ਆਪਸ ਵਿੱਚ, ਰੁਪਿੰਦਰ ਉਹਨਾਂ ਦੇ ਪੰਥਪ੍ਰੀਤ ਉਹਨਾਂ ਦੇ ਬਿਆਨ ਨਹੀਂ ਮਿਲੇ ਆਪਸ ਵਿੱਚ ਬਿਲਕੁਲ ਵੀ। ਇਹਨਾਂ ਨੂੰ ਲਾਈਵ ਡਿਟੈਕਟਰ ਟੈਸਟ ਦੇ ਲਈ ਕਿਹਾ ਗਿਆ, ਰੁਪਿੰਦਰ ਉਹਨਾਂ ਨੇ ਕਿਉਂ ਨਹੀਂ ਕਰਵਾਇਆ? ਜੇ ਸੱਚੇ ਨੇ ਲਾਈਵ ਡਿਟੈਕਟਰ ਟੈਸਟ ਕਿਉਂ ਨਹੀਂ ਕਰਵਾਇਆ? ਜੈਡੀ ਸੱਚੇ ਸੀ, ਸਾਰੀ ਕੌਮ ਉਸ ਸਮੇਂ ਇਹ ਸੋਚਦੀ ਸੀ ਬਾਦਲਾਂ ਨੇ ਕਰਵਾਇਆ ਸਿਰਸੇ ਵਾਲੇ ਨਾਲ ਰਲ ਕੇ ਕਾਂਡ, ਉਹ ਕਿਉਂ ਕਰਵਾਉਣਗੇ? ਉਹ ਮੂਰਖ ਤੁਰੇ ਫਿਰਦੇ ਨੇ, ਉਹਨੇ ਹਾਰਨਾ ਆ। ਮੈਂ ਉਸ ਸਮੇਂ ਸੋਚਦਾ ਸੀ ਕਿ ਬਾਦਲਾਂ ਨੇ ਤਾਂ ਚਲੋ ਨਹੀਂ ਕਰਵਾਇਆ ਹੋਣਾ, ਪਰ ਸਿਰਸੇ ਵਾਲੇ ਨੇ ਕਰਵਾਇਆ। ਮੈਂ ਉਸ ਸਮੇਂ ਇਹ ਸੋਚਦਾ ਸੀ ਕਿ ਸਿਰਸੇ ਵਾਲੇ ਨੇ ਕਰਵਾਇਆ ਹੋਊਗਾ, ਪਰ ਨਹੀਂ। ਉਸ ਸਮੇਂ ਸਿੰਘਾਂ ਨੇ ਮੈਨੂੰ ਕਿਹਾ, ਕਹਿੰਦੇ ਰੁਪਿੰਦਰ ਸਿੰਘ ਹੁਣੀ ਵਿੱਚ ਹੈਗੇ ਨੇ, ਸਹੀ ਚੱਕੇ ਨੇ ਪੁਲਿਸ ਨੇ। ਪਰ ਚਲੋ ਉਸ ਸਮੇਂ ਲੋਕਾਂ ਨੇ ਇੰਨਾ ਦਬਾਅ ਪਾਇਆ ਗੌਰਮੈਂਟ 'ਤੇ, ਅਤੇ ਬਾਦਲਾਂ ਨੂੰ ਕੀ ਸੀ, ਬਾਦਲਾਂ ਨੂੰ ਇਹ ਸੀਗਾ ਵੀ ਇਹਨੇ ਸਾਨੂੰ ਤਾਂ ਹਰਾਉਣ, ਲੋਕਾਂ ਨੇ ਹਰਾ ਦੇਣਾ ਜੀ, ਅਸੀਂ ਮੁੰਡਿਆਂ 'ਤੇ ਹੋਰ ਇਹਨਾਂ 'ਤੇ ਪਹਿਲਾਂ ਸ਼ਿਕੰਜਾ ਕਸਿਆ। ਉਹਨਾਂ ਨੇ ਕੀਤਾ, ਉਹ ਬੈਕ ਫੁੱਟ ਦਿਓਗੇ, ਕਿਉਂਕਿ ਸਰਕਾਰਾਂ ਨੂੰ ਕੀ ਹੁੰਦਾ, ਸਰਕਾਰਾਂ ਨੂੰ ਵੋਟਾਂ ਦਾ ਮਤਲਬ ਹੁੰਦਾ ਆ। ਉਹ ਜਦੇ ਆਪਣਾ ਪਿੱਛੇ ਹੋ ਗਏ, ਬੈਕ ਫੁੱਟ 'ਤੇ ਆ ਗਏ, ਉਹ ਉਹਨਾਂ ਨੇ ਮੁੰਡੇ ਛੱਡ ਤੇ, ਸਿਰਫ ਤੁਹਾਡੇ ਦਬਾ ਕਰਕੇ। ਸਾਡੀ ਕੌਮ ਐਡੀ ਬੂਝੜ ਆ, ਬਿਲਕੁਲ ਕੋਈ ਵੀ ਚੀਜ਼ ਸੋਚੇ ਸਮਝੇ ਬਿਨਾਂ ਕਿਸੇ ਦੇ ਵੀ ਮਗਰ ਲੱਗ ਜਾਂਦੀ ਆ। ਪਾਰਟੀਬਾਜ਼ੀ, ਧੜੇਬਾਜ਼ੀ, ਬੰਦਿਆਂ ਦੇ ਨਾਲ ਜੁੜੇ ਹੋਏ ਨੇ, ਗੁਰੂ ਨਾਲ ਘੱਟ ਜੁੜੇ ਹੋਏ ਨੇ। ਰੌਲਾ ਪਾ ਪਾ ਕੇ ਮੁੰਡੇ ਛਡਵਾ ਲਏ ਉਹ, ਸਾਰੇ ਸਬੂਤ ਸੀ ਇਹਦੇ ਖਿਲਾਫ ਪੁਲਿਸ ਦੇ ਕੋਲ ਸਾਰੇ। ਉਸ ਸਮੇਂ ਜਿਹੜੀ ਉਹ ਰਿਕਾਰਡਿੰਗ ਸੀ ਉਹ ਪਹਿਲਾਂ ਦੀ ਆ, ਬਰਗਾੜੀ ਕਾਂਡ ਤੋਂ, ਜਿਹੜੇ ਅੰਗਾਂ ਦੀ ਗੱਲ ਕਰਦੇ ਨੇ ਜਿਹਦੇ ਵਿੱਚ ਇਹ। ਹੁਣ ਤੁਸੀਂ ਆਪੇ ਦੇਖ ਲਓ। ਅਤੇ ਬਾਕੀ ਜਿਨ੍ਹਾਂ ਨੇ ਬਕਵਾਸ ਮਾਰਨਾ ਮਾਰੀ ਜਾਓ, ਆਪਾਂ ਤਾਂ ਸੱਚਾਈ ਜਿਹੜੀ ਗੌਮ ਦੇ ਅੱਗੇ ਰੱਖਣੀ ਸੀ ਉਹ ਮੈਂ ਰੱਖ ਚੁੱਕੇ ਹਾਂ। ਅਤੇ ਅੱਜ ਜਿਹੜੇ ਸੋਚਦੇ ਨੇ ਕਿ ਆਮ ਆਦਮੀ ਪਾਰਟੀ ਬਹੁਤ ਜ਼ਿਆਦਾ ਭਲਾ ਕਰੂਗੀ ਸਾਡਾ, ਜਾਂ ਆਹ ਜਿਹੜੀ ਢੰਡਰੀਆਂ ਵਾਲਾ ਆ ਜੋ ਇਹ ਬਕਵਾਸ ਮਾਰ ਰਿਹਾ, ਜੋ ਪ੍ਰਚਾਰ ਕਰ ਰਿਹਾ, ਬਿਲਕੁਲ ਇਹ ਗਲਤ ਆ। ਇਹਨਾਂ ਦੀ ਡੀਲ ਬਾਰੇ ਹੋਰ ਗੱਲ ਦੱਸ ਦਿੰਦਾ ਹਾਂ। ਇੰਨਾ ਅੰਨੇ ਨਾ ਬਣਿਆ ਕਰੋ, ਸਵਾਮੀ ਭਗਤ ਨਾ ਬਣਿਆ ਕਰੋ ਐਡੇ। ਅਸੀਂ ਜੇ ਭਗਤ ਹਾਂ ਸਿਰਫ ਅਤੇ ਸਿਰਫ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਬੰਦਿਆਂ ਦੇ ਸਵਾਮੀ ਭਗਤ ਨਹੀਂ ਬਣਨਾ। ਇਹਨਾਂ ਦੀ ਡੀਲ ਸੀ ਕਿ ਐਸ ਜੀ ਪੀ ਸੀ ਦੀਆਂ ਚੋਣਾਂ ਦੇ ਵਿੱਚ ਜਿਤਾਉਣਾ ਇਹਨਾਂ ਨੇ, ਫਿਰ ਮੁੜ ਕੇ ਇਹਨਾਂ ਨੂੰ 96 ਦੀ ਗਤੀੜ ਨੂੰ। ਅਤੇ ਹੋਰ ਸੁਣੋ,
ਜਦੋਂ ਕਾਨੂੰਨ ਪਾਸ ਹੋਇਆ ਆ ਲੋਕ ਸਭਾ ਦੇ ਵਿੱਚ ਕਿ ਜਿਹੜੀਆਂ SGPC ਦੀਆਂ ਚੋਣਾਂ ਨੇ ਉਹ ਚੋਣਾਂ ਨੂੰ ਕਹਿ ਲਓ ਪੂਰੀ ਤਰ੍ਹਾਂ ਗੁਰਸਿੱਖਾਂ ਦੇ ਹਵਾਲੇ ਕੀਤਾ ਗਿਆ, ਭਾਵ ਇੱਕ ਗੁਰਸਿੱਖ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ। ਉਸ ਸਮੇਂ ਸਭ ਤੋਂ ਵੱਧ ਕੌਣ ਮੱਚਿਆ, ਕਿਹਨੇ ਰੌਲਾ ਪਾਇਆ? ਸਾਰੇ ਸਿਆਣੇ ਨੇ, ਭਗਵੰਤ ਮਾਨ ਆ ਸ਼ਰਾਬੀ ਆ ਨਾ ਜਿਹੜਾ ਇਹਨਾਂ ਦਾ, ਆਮ ਆਦਮੀ ਪਾਰਟੀ ਦਾ, ਇਹਨੇ ਸਭ ਤੋਂ ਵੱਧ ਰੌਲਾ ਪਾਇਆ ਕਿ ਅਸੀਂ ਲੁੱਟੇ ਗਏ, ਅਸੀਂ ਆਹ ਹੋ ਗਿਆ, ਵੋ ਹੋ ਗਿਆ ਜੀ, ਇਹਨਾਂ ਨੇ ਸਿਰਫ ਅੰਮ੍ਰਿਤਧਾਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ, ਨਾ ਹੋਰ ਕਿਹਨੂੰ ਦੇਣਾ ਚਾਹੀਦਾ ਬਈ? ਵਡਿਆਈ ਗੁਰੂ ਸਾਹਿਬ ਨੇ ਕਿਹਨੂੰ ਬਖਸ਼ੀ ਆ? ਖਾਲਸੇ ਨੂੰ ਹੀ ਬਖਸ਼ੀ ਆ। ਤੇ ਆ ਸ਼ਰਾਬੀ ਕਬਾਬੀ ਬੰਦਾ ਕਹਿੰਦਾ ਜੀ ਇਹ ਨਹੀਂ ਹੋਣਾ ਚਾਹੀਦਾ, ਨਾ ਦੱਸ ਹੁਣ ਫਿਰ ਤੇਰੇ ਵਰਗੇ ਸ਼ਰਾਬੀ ਨੂੰ ਸ਼ਰਾਬੀਆਂ ਨੇ ਵੋਟਾਂ ਪਾ ਪਾ ਜਿਤਾ ਦੇਣਾ, ਤੁਹਾਡੇ ਵਰਗੀ ਇੱਕ ਤੀੜ ਮੂਹਰੇ ਆਉਣ ਨੂੰ ਫਿਰਦੀ ਆ ਵੀ ਅਸੀਂ ਅਕਾਲ ਤਖ਼ਤ ਸਾਹਿਬ ਦੇ ਕਾਬਜ਼ ਹੋ ਜਾਈਏ। ਤੇ ਉਸ ਤੋਂ ਬਾਅਦ ਵਿੱਚ ਇਹਨੇ ਕਰਨਾ ਕੀ ਆ, ਸੁਣ ਲਓ, ਆਹ ਜਿਹੜੇ ਪੰਥ ਪ੍ਰੀਤ ਦਾ ਧੜਾ ਆ ਸਾਰਾ ਹੀ, ਮਾਝੀ ਢਪਾਲੀ ਧੁੰਦਾ ਜਿੰਨੇ ਵੀ ਨੇ, ਹਰਪਿੰਦਰ ਹੋਣੀ ਵਿੱਚੇ ਆ ਢੰਡਰੀਆਂ ਵਾਲਾ, ਇਹ ਸਾਰੇ ਬੰਦਿਆਂ ਦਾ ਪ੍ਰਚਾਰ ਚੈੱਕ ਕਰ ਲਿਓ, ਇੱਕੋ ਸੋਰਸ ਆ ਸਾਰਿਆਂ ਦੇ ਪ੍ਰਚਾਰ ਦਾ, ਇੱਕੋ ਤਰ੍ਹਾਂ ਕਰਦੇ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਕਿਤਾਬ ਮਾਤਰ ਮੰਨਦੇ ਨੇ ਇਹ। ਢੰਡਰੀਆਂ ਵਾਲਾ ਪਹਿਲਾਂ ਚੰਗਾ ਭਲਾ ਹੁੰਦਾ ਸੀ, ਮੁੜ ਕੇ ਹੌਲੀ ਹੌਲੀ ਜਾਂਦੇ ਧੱਕੇ ਚੜ ਗਿਆ, ਧੱਕੇ ਕਿਵੇਂ ਚੜਿਆ ਉਹਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਉਣ ਨੂੰ ਦੀਆਂ ਗੱਲਾਂ ਚੱਲ ਪਈਆਂ ਸੀ, ਮੁੜ ਕੇ ਇਹਦੀਆਂ ਲੱਤਾਂ ਨੇ ਭਾਰ ਨਹੀਂ ਝੱਲਿਆ ਜਦੋਂ ਹੋਰ ਸਿੰਘ ਵਿੱਚ ਆ ਬੜੇ, ਫਿਰ ਪਿੱਛੇ ਹਟ ਗਿਆ, ਮੁੜ ਕੇ ਇਹਨੇ ਬਰਗਾੜੀ ਕਾਂਡ ਦੀਆਂ ਕਿੰਨੀਆਂ ਗੱਲਾਂ ਕੀਤੀਆਂ, ਬਸ ਸਟੇਜਾਂ 'ਤੇ ਆਇਆ ਬਾਹਾਂ ਚੱਕ ਚੱਕ ਕੇ ਇਹੀ ਗੱਲ ਕਹਿੰਦੇ ਰਹੇ ਨੇ ਕਿ ਜੀ ਬਸ ਨੀਲੀਆਂ ਪੱਗਾਂ ਵਾਲਿਆਂ ਨੂੰ ਹਰਾਓ, ਨੀਲੀਆਂ ਪੱਗਾਂ ਵਾਲਿਆਂ ਨੂੰ ਹਰਾਓ। ਉਹ ਗੁਰੂ ਦੀ ਬੇਅਦਬੀ ਹੋਈ ਆ, ਤੁਹਾਨੂੰ ਵੋਟਾਂ ਦਾ ਪਿਆ ਹੋਇਆ, ਇਹ ਵੋਟਾਂ ਦੀ ਗੱਲ ਕਰੀਆਂ ਨੇ। ਭਗਵੰਤ ਮਾਨ ਨੇ ਸਭ ਤੋਂ ਵੱਧ ਰੌਲਾ ਪਾਇਆ ਕਿ SGPC ਦੀ ਜਿਹੜਾ ਵੋਟ ਦੇਣ ਦਾ ਅਧਿਕਾਰ ਆ ਉਹ ਕਹਿੰਦਾ ਸਾਰਿਆਂ ਨੂੰ ਹੋਣਾ ਚਾਹੀਦਾ, ਇਕੱਲੇ ਗੁਰਸਿੱਖਾਂ ਨੂੰ ਨਹੀਂ ਹੋਣਾ ਚਾਹੀਦਾ। ਕਹਿੰਦਾ ਇਹ ਚਾਹੁੰਦੇ ਨੇ ਵੀ ਇਹਨਾਂ ਦੀ ਉਹ ਵਾਰ ਵਾਰ ਪਾਰਟੀ ਆਈ ਜਾਵੇ, ਅਸੀਂ ਠੇਕਾ ਨਹੀਂ ਲਿਆ ਕਿਸੇ ਦਾ ਵੀ, ਅਸੀਂ ਵੋਟ ਪਾਵਾਂਗੇ ਆਪਣੀ ਮਤ ਦੇ ਅਨੁਸਾਰ, ਅਤੇ ਵੋਟ ਪਾਉਣ ਦਾ ਅਧਿਕਾਰ ਕਿਹਨੂੰ ਚਾਹੀਦਾ? ਇੱਕ ਗੁਰਸਿੱਖ ਬੰਦੇ ਨੂੰ, ਨਾਮ ਜਪਣੇ ਵਾਲੇ ਬੰਦੇ ਨੂੰ, ਨਾ ਕਿ ਕਿਸੇ ਵੀ ਉਹ ਬੰਦੇ ਨੂੰ ਜਿਹੜਾ ਗੁਰੂ ਘਰ ਦੇ ਅਸੂਲਾਂ 'ਤੇ ਚੱਲਦਾ ਹੀ ਹੈ ਨਹੀਂ, ਜਿਹੜਾ ਸਿੱਖ ਦੀ ਪਰਿਭਾਸ਼ਾ 'ਤੇ ਖਰਾ ਉਤਰਦਾ ਹੀ ਹੈ ਨਹੀਂ, ਉਹਨੂੰ ਕਿਉਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ? ਭਗਵੰਤ ਮਾਨ ਨੇ ਸ਼ਰੇਆਮ ਇਸ ਚੀਜ਼ ਦਾ ਵਿਰੋਧ ਕੀਤਾ ਸੀ ਕਿ ਗੁਰਸਿੱਖਾਂ ਨੂੰ ਇਕੱਲਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਕਿਉਂ ਦਿੱਤਾ ਗਿਆ। ਅਸਲ ਵਿੱਚ ਇਹਦੀ ਡੀਲ ਇਹ ਸੀ, ਇਹਨਾਂ ਨੂੰ ਇਹ ਸੀ ਵੀ ਅਸੀਂ ਤਾਂ ਜਿੱਤੇ ਜਾਣਾ ਪੰਜਾਬ 'ਚ, ਸਾਰੇ ਕਹਿੰਦੇ ਸੀ ਵੀ ਇਹ ਤਾਂ 80 ਸੀਟਾਂ ਲੈਣਗੇ, 80 ਸੀਟਾਂ ਲੈਣਗੇ ਆਮ ਆਦਮੀ ਪਾਰਟੀ ਵਾਲੇ, ਇਹ ਫਿਰ ਗਾਹਾਂ ਉਹਨਾਂ ਦੇ ਲਈ ਸੇਫ ਕਰ ਰਿਹਾ ਸੀ ਰਾਹ ਕਤੀੜ ਦੇ ਲਈ ਵੀ ਹਾਂ ਉਹਨਾਂ ਨੇ ਜੋ ਕਾਂਡ ਕਰਵਾਇਆ ਹੁਣ ਸਾਡੇ ਲਈ ਰਾਹ ਖੁੱਲ੍ਹ ਗਿਆ, ਅਸੀਂ ਤਾਂ ਬਾਦਲਾਂ ਦੀ ਤਾਂ ਹਾਰ ਤੈਅ ਆ ਕਿਉਂਕਿ ਉਹ ਕਾਂਡ ਨੇ ਤਾਂ ਤੈਅ ਕਰ ਦਿੱਤੀ ਸੀ ਉਹਦੀ ਹਾਰ, ਬਾਕੀ ਉਹਨੇ ਸਿਰਸੇ ਵਾਲਿਆਂ ਨੂੰ ਜਿਹੜੀ ਮਾਫੀ ਦਵਾਈ ਸੀ ਉਹਨੇ ਵੀ ਤੈਅ ਕਰਤੀ ਸੀ, ਉਹ ਤੋਂ ਪਹਿਲਾਂ ਰੇਤਾ ਬਜਰੀ ਦਾ ਜਿਹੜਾ ਰੌਲਾ ਪਿਆ ਸੀ ਉਹਨੇ ਉਹਦੀ ਹਾਰ ਤੈਅ ਕੀਤੀ ਸੀ ਇਹਨਾਂ ਚੀਜ਼ਾਂ ਨੇ, ਬਰਗਾੜੀ ਕਾਂਡ ਨੇ ਜਮੀ ਸਵਾਇਆ ਕਰਤਾ ਸੀ। ਇਸ ਕਰਕੇ ਭਗਵੰਤ ਮਾਨ ਨੇ ਫਿਰ ਰੌਲਾ ਪਾਇਆ ਜੀ ਹਰ ਇੱਕ ਨੂੰ ਵੋਟ ਪਾਉਣ ਦਾ ਅਧਿਕਾਰ ਚਾਹੀਦਾ, ਕਿਉਂਕਿ ਇਹਨੂੰ ਪਤਾ ਸੀ ਵੀ ਆਮ ਆਦਮੀ ਪਾਰਟੀ ਨਾਲ ਲੋਕ ਬਹੁਤ ਜੁੜੇ ਹੋਏ ਨੇ, ਇਹਨੇ ਤਾਂ ਅਪੀਲ ਕਰ ਦੇਣੀ ਸੀ ਵੀ ਹਾਂ ਬੰਦਿਆਂ ਨੂੰ ਵੋਟ ਪਾਓ, ਤੇ ਇਹਨੇ ਜਿੱਤ ਜਾਣਾ ਸੀਗਾ, ਤੇ ਜਿੱਤ ਕੇ ਕੀ ਕਰਨਾ ਸੀ ਉਹ ਅੱਗੇ ਦੱਸਦਾ ਵਿਚਾਲੇ। ਇੱਕ ਹੋਰ ਗੱਲ ਆ, ਜਦੋਂ ਇਹਦੀ ਮੀਟਿੰਗ ਹੋਈ ਸੀਗੀ, ਜਦੋਂ ਢੰਡਰੀਆਂ ਵਾਲਾ ਮੁੱਕ ਰਿਹਾ ਆ ਵੀ ਹਾਂ ਠੀਕ ਆ ਮੈਂ ਨਹੀਂ ਜਥੇਦਾਰ ਬਣਨਾ, ਜਦੋਂ ਵਿੱਚ ਬਾਕੀ ਬੰਦੇ ਆ ਗਏ, ਜਦੋਂ ਬਾਕੀ ਬੰਦਿਆਂ ਨੇ ਸਰਬੱਤ ਖਾਲਸੇ ਦੇ ਵਿੱਚ ਆਉਣ ਦੀਆਂ ਗੱਲਾਂ ਕੀਤੀਆਂ, ਇਹਨਾਂ ਦੇ ਹੱਥੋਂ ਜਦੋਂ ਬਾਜੀ ਚੱਲੇ ਗਈ ਤਾਂ ਜਿਹੜਾ ਉੱਥੇ ਗੋਲੀ ਚੱਲੀ ਆ ਪੁਲਿਸ ਦੀ, ਉਹ ਗੱਲ ਵੀ ਤੁਹਾਨੂੰ ਕਲੀਅਰ ਕਰ ਦੇਵਾਂ। ਉੱਥੇ ਜਿਹੜੀ ਗੋਲੀ ਚੱਲੀ ਆ, ਗੋਲੀ ਕਹਿ ਦਿੰਦੇ ਨੇ ਜੀ ਹੋਮ ਮਿਨਿਸਟਰ ਦੇ ਪਹਿਲਾਂ ਆਰਡਰ ਆਉਂਦੇ ਨੇ ਤਾਂ ਗੋਲੀ ਚੱਲਦੀ ਆ, ਉਹ ਭਰਾਵੋ ਪਹਿਲਾਂ ਬਹੁਤ ਜ਼ਿਆਦਾ ਸਥਿਤੀ ਖਤਰਨਾਕ ਹੋਵੇ, ਪੁਲਿਸ ਨੂੰ ਸਿੱਧੀ ਇਜਾਜ਼ਤ ਦੇਣੀ ਹੋਵੇ ਕਿ ਸ਼ੂਟ ਐਂਡ ਸਾਈਡ ਦਾ ਆਰਡਰ ਹੋਵੇ, ਉਹ ਹੁੰਦਾ ਆ ਗ੍ਰਹਿ ਮੰਤਰਾਲੇ ਵੱਲੋਂ ਵੀ ਉੱਪਰੋਂ ਆਉਂਦਾ, ਹੋਮ ਮਿਨਿਸਟਰ ਵੱਲੋਂ ਕਿਤੋਂ ਵੀ ਜੋ ਵੀ ਆ ਵੀ ਹੁਕਮ ਆਉਂਦਾ ਆ। ਉੱਥੇ ਤਾਂ ਗੋਲੀਆਂ ਹੀ ਦੋ ਚੱਲੀਆਂ, ਤੇ ਚੱਲੀਆਂ ਕਿਉਂ, ਕਿਹਨੇ ਚਲਵਾਈਆਂ? ਇਹਨਾਂ ਦੀ ਕਾਰਸਤਾਨੀ ਸੀ ਉਹ ਪੰਥ ਪ੍ਰੀਤ ਉਹਨਾਂ ਦੀ। ਅਸਲ ਵਿੱਚ ਇਹ ਕਿੰਨਾ ਇਹਨੇ ਮਾੜੀ ਮੋਟੀ ਸਥਿਤੀ ਨਹੀਂ ਸੀ ਇਹਨੇ ਵਿਗਾੜਨੀ, ਇਕੱਲਾ ਇਹ ਨਹੀਂ ਸੀ ਵੀ ਅੰਗ ਖਿਲਾਰਤੇ, ਇਹਨਾਂ ਨੇ ਤਾਂ ਸਥਿਤੀ ਬਹੁਤ ਵਿਗਾੜਨੀ ਸੀ, ਸਿਰਸੇ ਵਾਲੇ
ਦੇ ਸਿਰ ਮੜ ਕੇ, ਉਹ ਘਟੀਆ ਜਿਹੇ ਬੰਦੇ ਗੰਦੇ ਬੰਦੇ ਦੇ ਸਿਰ ਮੜ ਕੇ ਇਹਨਾਂ ਨੇ ਪੂਰੀ ਮਾਲਵਾ ਬੈਲਟ ਦੇ ਵਿੱਚ ਤੋੜ ਭੰਨ ਕਰਾਉਣੀ ਸੀ, ਬੰਦੇ ਮਰਵਾਉਣੇ ਸੀ ਇਹਨਾਂ ਨੇ। ਉਸ ਸਮੇਂ ਪੁਲਿਸ ਦੀ ਵਰਦੀ ਪਾੜੀ ਗਈ, ਪੁਲਿਸ ਨਾਲ ਧੱਕਾ ਮੁੱਕੀ ਕੀਤਾ ਗਿਆ। ਉਸ ਸਮੇਂ ਇਹੋ ਜਿਹੀ ਸਥਿਤੀ ਇਹਨਾਂ ਨੇ ਪੈਦਾ ਕਰਤੀ, ਸੰਗਤ ਨੂੰ ਭੜਕਾ ਕੇ ਪੁਲਿਸ ਵਾਲਿਆਂ ਤੇ ਨੂੰ ਛੱਡਿਆ ਕਿ ਜਾਂ ਤਾਂ ਪੁਲਿਸ ਵਾਲੇ ਮਰਦੇ ਜਾਂ ਸੰਗਤ ਮਰਦੀ। ਪੁਲਿਸ ਵਾਲਿਆਂ ਨੇ ਉਦੋਂ ਗੋਲੀ ਚਲਾਈ ਆ, ਜਿਹਨੇ ਵੀ ਗੋਲੀ ਚਲਾਈ ਆ, ਮੈਂ ਨਹੀਂ ਕਹਿੰਦਾ ਕਿ ਉਹਦੀ ਮੈਂ ਸਾਈਡ ਲੈਂਦਾ ਆ, ਠੀਕ ਆ, ਜਿਨ੍ਹਾਂ ਦੇ ਪੁੱਤ ਸ਼ਹੀਦ ਹੋਏ ਸਾਨੂੰ ਬਹੁਤ ਦੁੱਖ ਆ, ਪਰ ਉਹ ਸ਼ਹੀਦੀ ਹੋਣ ਦਾ ਕਾਰਨ ਇਹ ਪੁਲਿਸ ਨਹੀਂ ਸੀ ਇਕੱਲੀ, ਪੁਲਿਸ ਨੂੰ ਇਹ ਕਰਨ ਤੇ ਮਜਬੂਰ ਕੀਤਾ ਪੰਥ ਪ੍ਰੀਤ ਉਹਨਾਂ ਨੇ, ਜਾਣ ਕੇ ਇਹਨਾਂ ਨੂੰ ਪਤਾ ਸੀਗਾ ਕਿ ਗੋਲੀ ਚੱਲੂਗੀ ਚੱਲੂਗੀ, ਜਦੋਂ ਗੋਲੀ ਚੱਲੂਗੀ ਤਾਂ ਸਾਰੇ ਪਾਸੇ ਦੰਗੇ ਹੋਣਗੇ, ਰੌਲਾ ਪਊਗਾ। ਉਹ ਤਾਂ ਮਹਾਰਾਜ ਨੇ ਰੱਖ ਲਿਆ, ਇਹਨਾਂ ਦੇ ਹੱਥੋਂ ਬਾਜੀ ਚਲੇ ਗਈ ਤੇ ਬਾਕੀ ਕਹਿੰਦਾ ਢੰਡਰੀਆਂ ਵਾਲੇ ਦਾ ਸਾਥ ਦੇ ਰਿਹਾ ਸੀ, ਲਾਸਟ ਵੀਕ ਇੱਕ ਕਮੈਂਟ ਕਰ ਰਿਹਾ, ਜੇ ਤੁਹਾਨੂੰ ਇੰਨੀ ਅਕਲ ਹੁੰਦੀ ਨਾ ਉਹ ਬੁੱਝੜੋ, ਤੁਹਾਨੂੰ ਜੇ ਇੰਨੀ ਅਕਲ ਹੁੰਦੀ ਨਾ ਅੱਜ ਦੁਨੀਆਂ ਦੇ ਸ਼ਾਇਦ ਕੁਝ ਦੇਸ਼ਾਂ ਤੇ ਵੀ ਤੁਹਾਡਾ ਰਾਜ ਹੁੰਦਾ, ਜੇ ਇੰਨੀ ਅਕਲ ਦੇ ਮਾਲਕ ਹੁੰਦੇ ਤੁਸੀਂ। ਬੁੱਝੜੋ, ਤੁਹਾਡੇ ਪਿੱਛੇ 9 ਲੱਖ ਕੁਰਬਾਨੀਆਂ ਦੇਣ ਦੀ ਲੋੜ ਨਾ ਪੈਂਦੀ, ਬੁੱਝੜੋ ਤੁਹਾਡੇ ਪਿੱਛੇ ਗੁਰੂ ਸਾਹਿਬ ਨੂੰ ਆਪਣਾ ਪੂਰਾ ਪਰਿਵਾਰ ਕੁਰਬਾਨ ਕਰਨ ਦੀ ਲੋੜ ਨਾ ਪੈਂਦੀ, ਜੇ ਤੁਹਾਡੇ ਤੇ ਤੁਸੀਂ ਐਡੀ ਅਕਲ ਦੇ ਮਾਲਕ ਹੁੰਦੇ। ਕਦੇ 12 ਮਿਸਲਾਂ ਨਾ ਬਣਦੀਆਂ ਸਾਡੀਆਂ ਜੇ ਤੁਸੀਂ ਐਡੀ ਅਕਲ ਦੇ ਮਾਲਕ ਹੁੰਦੇ, ਤੁਸੀਂ ਐਡੀ ਅਕਲ ਦੇ ਮਾਲਕ ਹੁੰਦੇ ਤੁਹਾਨੂੰ ਸਾਨੂੰ 47 ਚੇ ਰਾਜ ਮਿਲ ਜਾਣਾ ਸੀ। ਤੁਸੀਂ ਡੰਗਰ ਹੋ, ਤੁਹਾਡੇ ਮੂਹਰੇ ਤਾਂ ਕੋਈ ਧੀ ਭੈਣ ਦੀ ਰੱਖਿਆ ਦੀ ਗੱਲ ਕਰਦਾ, ਤੁਸੀਂ ਤਾਂ ਉਹ ਬੰਦੇ ਨੂੰ ਵੀ ਗਾਲ ਕੱਢਦੇ ਹੋ, ਆਹ ਗੱਲਾਂ ਤੁਹਾਡੇ ਦਿਮਾਗ 'ਚ ਆਉਣੀ ਕਿੱਥੋਂ ਨੇ। ਮੈਂ ਵੀਡੀਓ ਦੇ ਸ਼ੁਰੂਆਤ ਵਿੱਚ ਇਹ ਕਿਹਾ ਕਿ ਮੇਰੀ ਵੀਡੀਓ ਜਿਹਨੇ ਵੀ ਸੁਣਨੀ ਆ ਉਹ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣ ਕੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਬਣ ਕੇ ਸੁਣੇ, ਧੜੇਬਾਜ਼ੀ ਤੋਂ ਪਰੇ ਹੋ ਜਾਓ। ਇਹ ਇਕੱਲੀ ਸੱਚਾਈ ਮੈਂ ਹੀ ਨਹੀਂ ਜਾਣਦਾ, ਇਹ ਸੱਚਾਈ ਬਹੁਤ ਬੰਦੇ ਜਾਣਦੇ ਨੇ, ਪਰ ਹਰ ਇੱਕ ਕੋਲ ਪਲੈਟਫਾਰਮ ਨਹੀਂ ਹੈਗਾ ਗੱਲ ਦੱਸਣ ਦੇ ਲਈ। ਗੱਲ ਬਰੀਫ ਦੇ ਵਿੱਚ ਦੱਸ ਦਵਾਂ, ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਹੋਇਆ ਸੀ 96 ਦੀ ਕਤੀੜ ਦਾ, ਮਿਸ਼ਨਰੀ ਦੀ ਕਤੀੜ ਦਾ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਸਿਰਫ ਪੰਥ ਪ੍ਰੀਤ ਉਹਨਾਂ ਦੀ ਗੱਲ ਕਰ ਰਿਹਾ, ਕਿਉਂਕਿ ਇਹਨੂੰ ਮਿਸ਼ਨਰੀ ਕਹਿੰਦੇ ਨੇ, ਪੰਥ ਪ੍ਰੀਤ ਢਪਾਲੀ ਮਾਝੀ ਧੁੰਦਾ, ਤੇ ਇਸ ਤੋਂ ਇਲਾਵਾ ਆਹ ਜਿਹੜਾ ਇਹਦਾ ਢੰਡਰੀਆਂ ਵਾਲਾ, ਇਹਦੀ ਸਾਰਿਆਂ ਦੀ ਸੀਗੀ ਡੀਲ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਾਂ ਜਿਤਵਾਵਾਂਗੇ ਆਮ ਆਦਮੀ ਪਾਰਟੀ ਨੂੰ, ਬਰਗਾੜੀ ਕਾਂਡ ਕਰਕੇ ਪੂਰਾ ਐਨ ਮਾਲਵਾ ਬੈਲਟ ਹਰਾਵਾਂਗੇ ਇਹਨਾਂ ਨੂੰ, ਬਾਦਲਾਂ ਨੂੰ ਪੂਰੀ ਤਰ੍ਹਾਂ ਇਹਨੂੰ ਬਦਨਾਮ ਕਰਾਂਗੇ ਤੇ ਆਪ ਹਾਈਲਾਈਟ ਹੋਵਾਂਗੇ ਸੰਗਤ ਦੇ ਵਿੱਚ, ਆਪ ਸਰਬੱਤ ਖਾਲਸਾ ਕਰਾਵਾਂਗੇ, ਸਰਬੱਤ ਖਾਲਸਾ ਕਰਾ ਕੇ ਪਹਿਲਾਂ ਹੀ ਜਥੇਦਾਰ ਬਣ ਕੇ ਬਹਿ ਜਾਵਾਂਗੇ, ਤੇ ਜਦੋਂ SGPC ਦੀਆਂ ਚੋਣਾਂ ਆਉਣਗੀਆਂ ਉਹਦੇ ਵਿੱਚ ਤਾਂ ਫਿਰ ਸੰਗਤ ਨੇ ਸਾਨੂੰ ਚੁਣੇ ਲੈਣਾ ਆ। ਵਿਧਾਨ ਸਭਾ ਦੇ ਵਿੱਚ ਇਹਨੇ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਸੀ, ਉਸਦੇ ਲਈ ਰੁਪਿੰਦਰ ਸਿੰਘ ਉਹਨਾਂ ਨੂੰ ਚੁਣਿਆ ਗਿਆ। ਰੁਪਿੰਦਰ ਸਿੰਘ ਉਹਨਾਂ ਨੇ ਚੋਰੀ ਕਰ ਲਿਆ ਸੀ ਸਰੂਪ ਕਾਫੀ ਟਾਈਮ ਪਹਿਲਾਂ, ਸਿਰਸੇ ਵਾਲੇ ਦੇ ਚੇਲਿਆਂ ਦੇ ਵੱਲੋਂ ਜਾਣੀ ਲਿਖ ਕੇ ਉੱਥੇ ਲਾਤਾ ਸੀਗਾ ਇਹਨਾਂ ਨੇ ਝੂਠੀ ਮੁੱਠੀ ਉਹ ਕਿ ਤੁਹਾਡਾ ਸਰੂਪ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਆ। ਉਸ ਤੋਂ ਬਾਅਦ ਵਿੱਚ ਇਹਨਾਂ ਨੇ ਜਦੋਂ ਮੌਕਾ ਦੇਖਿਆ ਕਿ ਇਹਨਾਂ ਨੇ ਸਿਰਸੇ ਵਾਲੇ ਨੂੰ ਮਾਫ਼ੀ ਦਿੱਤੀ ਆ ਅਤੇ ਹੁਣ ਸੰਗਤ ਪੂਰੇ ਰੋਸ਼ ਦੇ ਵਿੱਚ ਆ, ਅਤੇ ਮਾਫ਼ੀ ਤਾਂ ਵਾਪਸ ਵੀ ਲੈ ਲਈ ਗਈ ਸੀ ਰੋਸ਼ ਦੇਖਦੇ ਹੋਏ, ਅਤੇ ਪਰ ਇਹਨਾਂ ਨੇ ਫਿਰ ਬਰਗਾੜੀ ਕਾਂਡ ਨੂੰ ਜਨਮ ਦਿੱਤਾ, ਅੰਗ ਖਿਲਾਰੇ ਗਏ। ਇਹਦੀ ਜਿਹੜੀ ਰਿਕਾਰਡਿੰਗ ਆ ਉਹ ਪਹਿਲਾਂ ਦੀ ਆ, ਜਿਹਦੇ ਵਿੱਚ ਅੰਗ ਇੰਨਾ ਡਰ ਡਰ ਕੇ ਗੱਲ ਕਰ ਰਹੇ ਨੇ, ਅੰਗਾਂ ਨੂੰ ਇੱਧਰ ਉੱਧਰ ਕਰਨ ਦੀ, ਜੋ ਵੀ ਅੰਗ ਪਏ ਨੇ ਕੋਲ ਜੋ ਵੀ ਗੱਲ ਕਰ ਰਹੇ ਨੇ ਡਰ ਡਰ ਕੇ ਗੱਲ ਕਰ ਰਹੇ ਨੇ, ਕੋਈ ਰੀੜ੍ਹ ਦੀ ਹੱਡੀ ਨਹੀਂ, ਦਿਖਾਉਣ ਮੈਡੀਕਲ ਰਿਪੋਰਟਾਂ, ਇੰਨਾ ਇਹਨਾਂ ਨੇ ਟੈਸਟ ਕਿਉਂ ਨਹੀਂ ਕਰਵਾਇਆ ਆਪਣਾ ਲਾਈ ਡਿਟੈਕਟਰ ਟੈਸਟ, ਉਹਦਾ ਵੀ ਜਵਾਬ ਦੇ ਦੇਣ, ਜੇ ਸੱਚੇ ਨੇ ਤਾਂ ਕੀ ਡਰ ਆ ਲਾਈ ਡਿਟੈਕਟਰ ਟੈਸਟ ਤੋਂ। ਅਤੇ ਇਹਨਾਂ ਨੇ ਪੰਥ ਪ੍ਰੀਤ ਉਹਨਾਂ ਨੇ ਜੋ ਵੀ ਆਪਣੇ ਜਾਣ 'ਚ ਹੀਰੋ ਬਣਨਾ ਸੀਗਾ ਮੌਕੇ 'ਤੇ, ਜਦੋਂ 40 ਕੁ ਮਿੰਟਾਂ ਦੇ ਵਿੱਚ ਉੱਥੇ ਪਹੁੰਚ ਗਿਆ, ਢੰਡਰੀਆਂ ਵਾਲਾ ਅੱਗੇ ਨਹੀਂ ਪਿੱਛੇ, ਕਦੇ ਇਹ ਵੀ ਉੱਥੇ ਹੀ ਪਹੁੰਚ ਗਿਆ, ਕਦੇ ਅੱਗੇ ਇੱਕ ਤੱਕ ਜਾਂਦੇ ਨਹੀਂ ਗਏ ਐਵੇਂ ਕਿਸੇ ਜਗ੍ਹਾ 'ਤੇ, ਉਹ ਇੱਕੋ ਥਾਂ 'ਤੇ ਕਿਉਂ ਗਏ ਇਹ, ਉੱਥੇ ਪਹੁੰਚੇ ਇਹ, ਮੁੜ ਕੇ ਹੋਰ ਵੀ ਪੰਥਕ ਸ਼ਖਸੀਅਤਾਂ ਆ ਗਈਆਂ। ਇਹਨਾਂ ਨੇ ਚਲੋ ਮੀਟਿੰਗ ਕੀਤੀ, ਇਹਨੂੰ ਪਤਾ ਲੱਗਿਆ ਵੀ ਹਾਂਜੀ ਹੁਣ ਜੋ ਅਸੀਂ ਸਰਬੱਤ ਖਾਲਸਾ ਕਰਾਉਣਾ ਉਹਦੇ ਵਿੱਚ ਸਾਡਾ ਦਬਦਬਾ ਨਹੀਂ ਰਹਿਣਾ, ਬਾਕੀ ਸ਼ਖਸੀਅਤਾਂ ਬਹੁਤ ਆ ਚੁੱਕੀਆਂ ਨੇ, ਮਾਨ ਸਾਹਿਬ ਹੁਣੀ ਆ ਚੁੱਕੇ ਨੇ, ਅਜਨਾਲੇ ਵਾਲੇ ਸਿੰਘ ਆ ਚੁੱਕੇ ਨੇ,
ਹੋਰ ਕਾਫੀ ਆ ਚੁੱਕੇ ਨੇ। ਤੇ ਹੋਰ ਸੁਣੋ, ਜਸਕਰਨ ਸਿੰਘ ਨੇ ਆਪਣੀ ਇੱਕ ਵੀਡੀਓ ਪਾਈ ਸੀ, ਮਾਨ ਦਲ ਦੇ ਨੇ ਉਹ, ਮੇਨ ਮਾਨ ਦਲ ਦੇ ਵਿੱਚ ਨੇ ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਉਹਨਾਂ ਨੇ ਆਪਣੀ ਵੀਡੀਓ ਵਿੱਚ ਕਿਹਾ ਸੀ ਕਿ ਮਿਸ਼ਨਰੀ ਕਤੀੜ ਦਾ ਕੰਮ ਆ, ਕੋਈ ਛੋਟੇ ਮੋਟੇ ਬੰਦੇ ਨਹੀਂ ਹੈਗੇ। ਉਹਦੇ ਨਾਲ ਮੇਰੀ ਵੀ ਫੋਨ ਤੇ ਗੱਲ ਹੋ ਚੁੱਕੀ ਆ, ਉਹਨਾਂ ਨੇ ਉਦੋਂ ਵੀ ਕਿਹਾ ਵੀ ਇਹਨਾਂ ਦਾ ਹੀ ਕੰਮ ਆ, ਕਹਿੰਦੇ ਮੀਟਿੰਗਾਂ ਦੇ ਵਿੱਚ ਸ਼ਾਮਿਲ ਕਿਉਂ ਨਹੀਂ, ਮੁੜ ਕੇ ਪਰੇ ਕਿਉਂ ਚਲੇ ਗਏ, ਗੁਰੂ ਤਾਂ ਸਾਰਿਆਂ ਦਾ ਸਾਂਝਾ ਹੀ ਆ ਨਾ। ਇਹਨਾਂ ਨੇ ਭਰਾਵੋ ਮੁੜ ਕੇ ਫਿਰ ਇਹ ਪਿੱਛੇ ਹੋ ਗਏ, ਇਹਨਾਂ ਨੇ ਕਾਂਡ ਕਰਵਾਇਆ ਉੱਥੇ, ਪੁਲਿਸ ਤੇ ਬੰਦੇ ਛੱਡੇ, ਪੁਲਿਸ ਨੇ ਗੋਲੀ ਚਲਾਈ, ਦੋ ਮੁੰਡੇ ਸ਼ਹੀਦ ਹੋਏ ਉੱਥੇ। ਇਸ ਤੋਂ ਬਾਅਦ ਵਿੱਚ ਇਹਦੀ ਸੀਗੀ ਪੂਰੇ ਪੰਜਾਬ ਦੇ ਵਿੱਚ ਗਾਹ ਪਵੇ, ਪਰ ਕੁਛ ਨਹੀਂ ਹੋਇਆ, ਚਲੋ ਬਚਤ ਰਹਿ ਗਈ। ਗਾਹ ਤਾਂ ਚਲੋ ਊਂ ਤਾਂ ਪੈ ਰਿਹਾ ਸੀ, ਵਿਰੋਧ ਪ੍ਰਦਰਸ਼ਨ ਤਾਂ ਹੋ ਰਹੇ ਸੀ, ਪਰ ਇਹ ਮਰ ਇਹ ਚਾਹੁੰਦੇ ਸੀ ਵੀ ਸਿਰਸੇ ਵਾਲੇ ਦੇ ਬੰਦੇ ਮਾਰੇ ਜਾਣ, ਪੁਲਿਸ ਵਾਲੇ ਤੇ ਪੁਲਿਸ ਵਾਲੇ ਦੇ ਲੋਕ ਵਾਰ ਕਰਨ, ਦੰਗੇ ਕਰਾਉਣ ਦੀ ਹੁੰਦੀ ਸੀਗੀ, ਪਰ ਉਹ ਹੋ ਨਹੀਂ ਸਕੀ। ਮਹਾਰਾਜ ਨੇ ਹੱਥ ਰੱਖਿਆ, ਸਰਬੱਤ ਖਾਲਸਾ ਹੋਇਆ, ਇਹ ਉਹਦੇ ਵਿੱਚ ਨਹੀਂ ਗਏ। ਇਹਨੂੰ ਇਹ ਸੀ ਵੀ ਚਲੋ, ਕਹਿੰਦੇ ਨੇ ਅੰਦਰ ਵੀ ਅੱਗ ਲਾ ਕੇ ਡੱਬੂ ਕੰਧ ਤੇ, ਉਹ ਕੰਮ ਸੀਗਾ ਵੀ ਚਲੋ ਹੁਣ ਸਰਬੱਤ ਖਾਲਸਾ, ਬੇਸ਼ੱਕ ਅਸੀਂ ਆਪ ਜਥੇਦਾਰ ਨਹੀਂ ਬਣ ਸਕਦੇ, ਪਿੱਛੇ ਹੋ ਗਏ, ਪਰ ਉਹਨੂੰ ਫੇਲ ਕਰਨ ਦੇ ਵਿੱਚ ਵੀ ਇਹੀ ਜ਼ਿੰਮੇਵਾਰ ਨੇ ਬੰਦੇ। ਜੇ ਉੱਥੇ ਜਾਂਦੇ ਸਰਬੱਤ ਖਾਲਸਾ, ਕਦੇ ਫੇਲ ਨਾ ਹੁੰਦਾ। ਸਰਬੱਤ ਖਾਲਸਾ ਦੇ ਵਿੱਚੋਂ ਸਾਨੂੰ ਕੀ ਮਿਲਿਆ? ਸਿਰਫ ਤੇ ਸਿਰਫ ਇੱਕ ਜਥੇਦਾਰ ਮਿਲਿਆ, ਤੇ ਜਥੇਦਾਰ ਕਿੱਥੇ ਆ ਸਾਡਾ? ਜੇਲ੍ਹ ਦੇ ਵਿੱਚ। ਤੇ ਕੀ ਤੁਸੀਂ ਇਹ ਗੱਲ ਨੂੰ ਦਾਅਵੇ ਨਾਲ ਕਹਿ ਸਕਦੇ ਹੋ ਕਿ ਜਥੇਦਾਰ ਸਾਹਿਬ ਨੂੰ ਜੇਲ੍ਹ ਦੇ ਵਿੱਚ ਪੂਰੀ ਸਹੀ ਇਨਫੋਰਮੇਸ਼ਨ ਪਹੁੰਚ ਰਹੀ ਆ, ਜਾਂ ਫਿਰ ਜਥੇਦਾਰ ਸਾਹਿਬ ਜੋ ਸਾਨੂੰ ਕਹਿ ਰਹੇ ਨੇ ਸਾਡੇ ਤੱਕ ਪੂਰੀ ਇਨਫੋਰਮੇਸ਼ਨ ਆ ਰਹੀ ਆ? ਮੈਂ ਜਥੇਦਾਰ ਸਾਹਿਬ ਦੇ ਨਾਲ, ਮੈਂ ਜਾਨਵਰ ਨੂੰ ਤਿਆਰ ਹਾਂ, ਜਥੇਵਾਰ ਸਾਹਿਬ ਨੂੰ ਜੇਲ੍ਹ 'ਚੋਂ ਬਾਹਰ ਤਾਂ ਲੈ ਕੇ ਆਓ। ਸਰਬੱਤ ਖਾਲਸਾ ਦੇ ਵਿੱਚ ਸਾਨੂੰ ਸਿਰਫ ਇੱਕ, ਚਲੋ ਚੰਗਾ ਇੱਕ ਜਥੇਦਾਰ ਮਿਲਿਆ ਕੌਮ ਨੂੰ, ਪਰ ਜਥੇਦਾਰ ਸਾਹਿਬ ਤੱਕ ਉਹ ਜਥੇਦਾਰ, ਸਾਡੀ ਇਹ ਬਦਨਸੀਬੀ ਆ ਕਿ ਜਥੇਦਾਰ ਸਾਹਿਬ ਜੇਲ੍ਹ ਦੇ ਵਿੱਚ ਨੇ। ਸਰਬੱਤ ਖਾਲਸਾ ਪੂਰੀ ਤਰ੍ਹਾਂ, ਬੁਰੀ ਤਰ੍ਹਾਂ ਫੇਲ ਹੋਇਆ, ਬੁਰੀ ਤਰ੍ਹਾਂ ਮੈਂ ਕਹੂੰਗਾ ਫੇਲ ਹੋਇਆ, ਸਿਰਫ ਆਹ ਬੰਦਿਆਂ ਕਰਕੇ। ਅਸਲ ਵਿੱਚ ਇਹ ਚਾਹੁੰਦੇ ਸੀ ਆਪਣੀਆਂ ਸਿਆਸੀ ਰੋਟੀਆਂ ਸੇਕਣਾ, ਇਹਨੇ ਸੋਚਿਆ ਚਲੋ ਠੀਕ ਆ ਸਾਡਾ ਕੰਮ ਹੋ ਗਿਆ, ਚਲੋ ਹੁਣ ਵੀ ਜਥੇਦਾਰ ਲੱਗ ਹੋਇਆ, ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਈਏ। ਇਹਨਾਂ ਨੇ ਫਿਰ ਗੱਡ ਕੇ ਪ੍ਰਚਾਰ ਕੀਤਾ ਆਮ ਆਦਮੀ ਪਾਰਟੀ ਦਾ, ਕੋਈ ਬੰਦਾ ਮੁੱਕਰ ਨਹੀਂ ਸਕਦਾ ਵੀ ਇਹਨੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਨਹੀਂ ਕੀਤਾ, ਕੋਈ ਨਹੀਂ ਮੁੱਕਰ ਸਕਦਾ। ਤੇ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਤੇ ਫਿਰ ਕਾਬਜ਼ ਹੋ ਕੇ ਕੀ ਕਰਨਾ ਸੀ ਉਹ ਵੀ ਸੁਣ ਲਓ। ਜਿਹੜੀ ਮੇਨ ਗੱਲ ਆ, ਰਹਿਤ ਮਰਿਆਦਾ ਬਦਲਣੀ ਸੀ, ਅੰਮ੍ਰਿਤ ਦੀਆਂ ਬਾਣੀਆਂ ਨੂੰ ਜਿਹੜੇ ਬੰਦੇ ਨਹੀਂ ਮੰਨਦੇ ਨਾ, ਜਿਹੜੇ ਬੰਦੇ ਨਹੀਂ ਮੰਨਦੇ, ਪੰਥ 'ਚੋਂ ਛੇਕੇ ਹੋਏ ਨੇ, ਘੱਗੇ ਵਰਗੇ, ਦਰਸ਼ਨ ਰਾਗੀ ਵਰਗੇ, ਉਹਨਾਂ ਦੇ ਸਪੋਟਰ ਨੇ ਇਹ। ਆ ਜਿਹੜਾ ਪੰਥ ਪ੍ਰੀਤ ਆ, ਇਹਦੀ ਇੱਕ ਵੀਡੀਓ ਆ ਜਿਹਦੇ ਵਿੱਚ ਇਹ ਕਹਿੰਦਾ ਆ ਜੀ ਪੰਥ ਦੇ ਮਹਾਨ ਕੀਰਤਨੀਏ ਨੂੰ ਛੇਕਤਾ ਮਾੜੀ ਜੀ ਗਲਤੀ 'ਤੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਿੱਤਰ 'ਤੇ ਕਿਸੇ ਨੇ ਸਵਾਲ ਚੁੱਕੇ ਹੁਣ, ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਗੰਦ ਬੋਲਿਆ ਹੋਵੇ ਕੋਈ ਬੰਦਾ, ਉਹਦਾ ਤਾਂ ਸਿਰ ਕਲਮ ਕਰ ਦੇਣਾ ਚਾਹੀਦਾ, ਤੇ ਇਹ ਕਹਿੰਦਾ ਜੀ ਉਹਨੂੰ ਮਾੜੀ ਜੀ ਗਲਤੀ 'ਤੇ ਪੰਥ 'ਚੋਂ ਛੇਕਤਾ। ਉਹ ਬੰਦੇ ਦੀ ਇਹ ਸਪੋਰਟ ਕਰਦਾ ਜਿਹੜਾ ਬੰਦਾ ਕਹਿੰਦਾ ਜੀ ਪੰਜ ਬਾਣੀਆਂ ਦੇ ਨਾਲ ਅੰਮ੍ਰਿਤ ਨਹੀਂ ਛਕਾਉਣਾ ਚਾਹੀਦਾ, ਜਿਨ੍ਹਾਂ ਬੰਦਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਅੰਗਾਂ ਤੋਂ ਅੰਮ੍ਰਿਤ ਛਕਾਇਆ। ਦੁਬਈ ਦੇ ਵਿੱਚ ਹੋਈ ਸੀ ਸ਼ਾਇਦ ਇਹ ਘਟਨਾ, ਜਿਹੜੇ ਬੰਦੇ ਉਸ ਚੀਜ਼ ਦੇ ਸਪੋਰਟਰ ਨੇ ਇਹਨਾਂ ਉਹ ਇਹਨਾਂ ਦੀ ਉਹ ਬੰਦਿਆਂ ਨਾਲ ਉੱਠਣੀ ਬੈਠਣੀ ਆ। ਇਹਨਾਂ ਨੇ ਕਰਨਾ ਸੀ ਅਕਾਲ ਤਖ਼ਤ ਸਾਹਿਬ 'ਤੇ ਕਾਬਜ਼, ਹੋ ਕੇ ਉਹਨਾਂ ਬੰਦਿਆਂ ਨੂੰ ਪਹਿਲਾਂ ਤਾਂ ਪੰਥ ਦੇ ਵਿੱਚ ਵਾਪਸ ਲੈਣਾ ਸੀ, ਫਿਰ ਉਹਨਾਂ ਦਾ ਗੰਦ ਪ੍ਰਚਾਰ ਕਰਨਾ ਸੀ, ਪੂਰਾ ਸਾਡੇ ਗ੍ਰੰਥਾਂ ਨੂੰ ਰੱਦ ਕਰਨਾ ਸੀ। ਸਭ ਤੋਂ ਪਹਿਲਾਂ ਇਹਨੇ ਕਰਨਾ ਸੀ ਰੱਦ ਦਸਮ ਬਾਣੀ ਨੂੰ। ਤੁਹਾਨੂੰ ਹੁਣ ਮੇਨ ਗੱਲ 'ਤੇ ਲੈ ਕੇ ਜਾਂਦਾ, ਗਾਹ ਕਰਨਾ ਕੀ ਸੀ ਇਹਨਾਂ ਨੇ? ਦਸਮ ਬਾਣੀ ਨੂੰ ਰੱਦ ਕਰਨਾ ਸੀ ਇਹਨਾਂ ਨੇ। ਦਸਮ ਬਾਣੀ ਜਦੋਂ ਰੱਦ ਹੋ ਜਾਂਦੀ ਹੈ ਨਾ ਭਰਾਵੋ, ਜੇ ਫਰਜ਼ ਕਰ ਲਓ, ਉਹ ਤਾਂ ਕਦੇ ਹੋਣੀ ਨਹੀਂ, ਐਡਾ ਇੰਨੇ ਯੋਗੇ ਹੈ ਨਹੀਂ ਇਹ, ਮਹਾਰਾਜ ਦਾ ਹੱਥ ਆ ਕੌਮ ਦੇ ਉੱਤੇ। ਦਸਮ ਗ੍ਰੰਥ ਸਾਹਿਬ ਦੀ ਬਾਣੀ ਜੇ ਰੱਦ ਹੋ ਜਾਂਦੀ ਆ, ਤਾਂ ਉਸ ਤੋਂ ਬਾਅਦ ਵਿੱਚ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਉਸ ਦੇ ਵਿੱਚ ਜੋ ਕਹਿ ਲਓ ਵੀ ਉਦਾਹਰਨਾਂ ਦਿੱਤੀਆਂ ਗਈਆਂ ਨੇ ਦੇਵੀ ਦੇਵਤਿਆਂ ਦੀਆਂ, ਉਹਨਾਂ ਨੂੰ ਫਿਰ ਬੜਾ ਆਸਾਨੀ ਨਾਲ ਇਹ ਕਹਿ ਸਕਦੇ ਨੇ ਕਿ ਸਿੱਖ ਧਰਮ ਆ ਜੋ ਉਹ ਹਿੰਦੂ ਧਰਮ ਦਾ ਆਧੁਨਿਕ ਰੂਪ ਆ, ਦੇਖੋ ਤਾਂ ਹੀ ਹਿੰਦੂਆਂ ਦੇ ਦੇਵੀ ਦੇਵਤਿਆਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਨੇ। ਇਸ ਕਰਕੇ ਜੋ ਇਹ ਗ੍ਰੰਥ ਆ, ਅਸਲ ਦੇ ਵਿੱਚ ਇਹ ਪੰਜਵਾਂ ਵੇਦ ਆ, ਇਹ ਜਿਹੜੀਆਂ ਮਗਰ ਸ਼ਕਤੀਆਂ ਦੇ ਕੰਮ ਕਰਦੀਆਂ ਨੇ ਤਕੜੀਆਂ, ਉਹਨਾਂ ਨੇ ਪੰਜਵਾਂ ਵੇਦ ਐਲਾਨਣਾ ਸੀਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ।
ਤੇ ਅਸੀਂ ਰੌਲਾ ਪਾਉਣਾ ਸੀ ਜਥੇਦਾਰੋ ਕੁਛ ਕਰੋ, ਤੇ ਉਹਨੇ ਕਹਿਣਾ ਸੀ ਛੱਡੋ ਪਰੇ ਆਪਾਂ ਨੂੰ ਕੀ ਪਰਵਾਹ। ਪਰ ਵਿਸ਼ਵ ਦੇ ਵਿੱਚ ਤਾਂ ਪ੍ਰਚਾਰ ਹੋ ਜਾਣਾ ਸੀ ਨਾ ਕਿ ਸਿੱਖ ਇਹ ਸਿੱਖ ਧਰਮ ਹਿੰਦੂ ਧਰਮ ਦਾ ਹਿੱਸਾ ਆ। ਇਹ ਕੰਮ ਕਰਵਾਉਣੇ ਨੇ ਇਹਨਾਂ ਨੇ, ਤੁਹਾਡਾ ਵਿਸ਼ਵਾਸ ਜਿੱਤ ਕੇ ਪੂਰਾ ਗੰਦ ਪਾ ਰਹੇ ਨੇ ਬੰਦੇ ਇਹ। ਢੰਡਰੀਆਂ ਵਾਲਾ ਦੀ ਸਿੱਧੀ ਗੱਲ ਕਰਾਂ, ਇਹ ਪੂਰਾ ਇਨਵੋਲਵ ਸੀ ਉਸ ਚੀਜ਼ ਦੇ ਵਿੱਚ, ਇਹਦਾ ਪ੍ਰਚਾਰ ਅਚਾਨਕ ਇੰਨਾ ਟਰਨ ਕਿਵੇਂ ਮਾਰਿਆ ਤੁਸੀਂ ਆਪ ਵੀ ਸਿਆਣੇ ਹੋ। ਇਹਨੂੰ ਇਹਦੀ ਜਥੇਦਾਰੀ ਦੀ ਭੁੱਖ ਨੇ ਇਹ ਟਰਨ ਮਰਵਾਏ ਸੀ। ਇਹਦੀ ਹੁਣ ਵੀ ਆਸ ਸੀਗੀ ਪੂਰੀ, ਜਦ ਤੱਕ ਆਮ ਆਦਮੀ ਪਾਰਟੀ ਜਦੋਂ ਹਾਰੀ ਆ ਨਾ ਫਿਰ ਇਹਦੀਆਂ ਆਸਾਂ ਢਾਈਆਂ ਨੇ, ਇਹਨੂੰ ਪੂਰੀ ਆਸ ਸੀਗੀ ਕਿ ਜਿੱਤਾਂਗੇ ਤੇ ਜਿੱਤ ਕੇ ਅਕਾਲ ਤਖ਼ਤ ਸਾਹਿਬ ਦੇ ਕਾਬਜ਼ ਹੋਵਾਂਗੇ। ਤੇ ਜੇ ਤਾਂ ਮੇਰੀ ਗੱਲ ਮੈਨੂੰ ਦੱਸ ਦਿਓ ਦਲੀਲ ਰਹੇ ਤਾਂ ਮੇਰੇ ਤਾਂ ਗੱਲ ਕਰੋ, ਇੱਥੇ ਹੁਣ ਭੌਂਕਿਆ ਵਾਂਗ ਬਕਵਾਸ ਨਹੀਂ ਮਾਰਨਾ, ਠੀਕ ਹੈ ਕਮੈਂਟਾਂ ਦੇ ਵਿੱਚ ਜਿੰਨਾ ਮਰਜ਼ੀ ਉਹ ਭੌਂਕੀ ਵੀ ਜਾਓ ਮੈਨੂੰ ਕੋਈ ਪਰਵਾਹ ਨਹੀਂ ਹੈ ਨਹੀਂ, ਪਰ ਬਕਵਾਸ ਮਾਰਨ ਦਾ ਕੋਈ ਫਾਇਦਾ ਨਹੀਂ ਤੁਹਾਡੇ ਦਾ। ਬਾਦਲ ਸਰਕਾਰ ਨੇ ਜਿਹੜੀ ਗਲਤੀ ਕੀਤੀ ਸੀ ਉਹ ਸਮੇਂ ਸੀਗੀ ਸਿਰਫ ਤੇ ਸਿਰਫ ਉਹਨੂੰ ਬੁੱਝੜ ਨੂੰ ਮਾਫ਼ੀ ਦੇਣੀ। ਇਹਨਾਂ ਨੇ ਵੀ ਆਪਣੀਆਂ ਵੋਟਾਂ ਦੀ ਖਾਤਰ ਮਾਫ਼ੀ ਦਿੱਤੀ ਸੀ ਉਹਨੂੰ ਵੀ ਸਾਨੂੰ ਮਾਲਵਾ ਬੈਲਟ ਦੇ ਵਿੱਚ ਵੋਟਾਂ ਪੈਣਗੀਆਂ, ਉਹਦੇ ਚੇਲੇ ਸਾਤੋਂ ਨਾਰਾਜ਼ ਨੇ, ਉਹਨਾਂ ਨੂੰ ਆਪਣੇ ਵੱਲ ਕਰ ਲਈਏ। ਪਰ ਬਾਜੀ ਪੈ ਗਈ ਪੁੱਠੀ, ਸੰਗਤ ਪੂਰੀ ਰੋਸ ਦੇ ਵਿੱਚ ਆ ਗਈ, ਇਹਨਾਂ ਨੂੰ ਮਾਫ਼ੀ ਜਿਹੜੀ ਸੀਗੀ ਉਹ ਵਾਪਸ ਲੈਣੀ ਪਈ। ਅਤੇ ਉਹਦਾ ਇਹਨਾਂ ਨੇ ਫਾਇਦਾ ਚੱਕ ਕੇ ਜਿਹੜੇ ਪਹਿਲਾਂ ਹੀ ਬਰਗਾੜੀ ਕਾਂਡ ਕਰਨ ਨੂੰ ਫਿਰਦੇ ਸੀ ਵੱਡੇ ਕਾਫ਼ੀ ਟਾਈਮ ਤੋਂ, ਮਹਾਰਾਜ ਸਰੂਪ ਜੀ ਦੇ ਕਬਜ਼ੇ ਪਈ ਸੀ ਉਹਨਾਂ ਨੇ ਕਰਤਾ ਰੁਪਿੰਦਰ, ਉਹਨਾਂ ਨੇ ਹੁਣ ਵਿਆਹਾਂ 'ਚ ਭੰਗੜੇ ਪਾਉਂਦੇ ਫਿਰਦੇ ਨੇ, ਹੁਣ ਇਹਦੇ ਢੁਈਆਂ 'ਤੇ ਦਰਦ ਕਿੱਧਰ ਗਏ, ਲੱਕ ਦਰਦ ਕਿੱਥੇ ਨੇ ਹੁਣ ਉਹਨਾਂ ਦੇ। ਸੰਗਤ ਜੀ ਭੋਲੇ ਨਾ ਬਣੋ, ਮੈਂ ਇਹ ਸੱਚਾਈ ਗੱਲਾਂ ਮੈਂ ਨਹੀਂ ਜਾਣਦਾ, ਸੱਚਾਈ ਬਹੁਤ ਬੰਦੇ ਜਾਣਦੇ ਨੇ, ਬਹੁਤ ਬੰਦੇ ਜਾਣਦੇ ਨੇ। ਅਤੇ ਬਹੁਤ ਬਹੁਤ ਧੰਨਵਾਦ ਜੀ, ਸਾਰੀ ਗੱਲਾਂ ਦਾ ਖੁਲਾਸਾ ਕਰ ਚੁੱਕੇ ਹਾਂ। ਅਤੇ ਬਲਰਾਜ ਸਿੰਘ ਸੁਰਿੰਦਰ ਸਿੰਘ ਸਰਪੰਚ ਆ ਜੋ, ਉਹਨਾਂ ਤੋਂ ਪੁੱਛ ਲਿਓ, ਠੀਕ ਆ ਜੀ। ਸੁਨਿਆਰੇ ਦੇ ਕੋਲ ਰੱਖੇ ਸੀ ਉਹਨੇ ਅੰਗ, ਅਤੇ ਮਾਝੀ ਅਤੇ ਪੰਥਪ੍ਰੀਤ ਦਾ ਮੁੰਡਾ ਲੈ ਗਏ ਨੇ। ਅਤੇ ਹੋਰ ਸੁਣੋ, ਜਸਵੰਤ ਸਿੰਘ ਕਾਲਾ ਨੇ ਇਸ ਚੀਜ਼ ਦਾ ਖੁਲਾਸਾ ਕੀਤਾ ਸੀਗਾ ਅੰਗਾਂ ਦੇ ਸੰਬੰਧ ਵਿੱਚ, ਕਿ ਮਾਝੀ ਅਤੇ ਪੰਥਪ੍ਰੀਤ, ਮਾਝੀ ਅਤੇ ਉਹਦਾ ਮੁੰਡਾ ਪੰਥਪ੍ਰੀਤ ਦਾ ਇਹ ਲੈ ਕੇ ਗਏ ਨੇ ਅੰਗਾਂ ਨੂੰ, ਪੁਲਿਸ ਦੇ ਹਵਾਲੇ ਕੀਤੇ ਨੇ ਇਹਨੇ ਪੰਥਪ੍ਰੀਤ ਨੂੰ ਛਡਾਉਣ ਦੀ ਖਾਤਰ। ਅਤੇ ਜਸਵੰਤ ਸਿੰਘ ਕਾਲਾ ਕੌਣ ਨੇ, ਜੋ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਜਥੇਦਾਰ ਸਾਹਿਬ ਦੇ ਨਾਲ ਜੇਲ੍ਹ ਦੇ ਵਿੱਚ ਰਹਿ ਚੁੱਕੇ ਨੇ, ਕੋਈ ਆਮ ਬੰਦੇ ਨਹੀਂ ਹੈਗੇ, ਜਸਵੰਤ ਸਿੰਘ ਕਾਲਾ। ਅਤੇ ਇਸ ਤੋਂ ਇਲਾਵਾ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ, ਜੋ ਉਹਨਾਂ ਨੇ ਵੀ ਆਪਣੀ ਵੀਡੀਓ ਦੇ ਵਿੱਚ ਕਿਹਾ ਸੀਗਾ, ਉਹਦੀ ਵੀਡੀਓ ਮੇਰੇ ਕੋਲ ਚਲੋ ਮਿਲ ਗਈ ਤਾਂ ਮੈਂ ਪਾਊਂਗਾ ਐਡੀਟਿੰਗ ਕਰਕੇ ਪ੍ਰੋਪਰ, ਉਹਨਾਂ ਦੇ ਨਾਲ ਮੇਰੀ ਫੋਨ 'ਤੇ ਵੀ ਗੱਲ ਹੋਈ ਆ। ਉਹਨਾਂ ਨੇ ਵੀ ਮੰਨਿਆ ਕਿ ਹਾਂ ਇਹਨਾਂ ਦਾ ਹੀ ਹੱਥ ਸੀਗਾ, ਪੁਲਿਸ ਦੇ ਕੋਲ ਪੂਰੇ ਸਬੂਤ ਸੀਗੇ ਇਹਨਾਂ ਦੇ ਖਿਲਾਫ਼, ਸਾਡੇ ਲੋਕਾਂ ਨੇ ਉਸ ਸਮੇਂ ਤੈਸ਼ ਦੇ ਵਿੱਚ ਆ ਕੇ ਬਾਦਲਾਂ ਦੇ ਖਿਲਾਫ਼ ਆ ਕੇ ਜੋ ਅਸਲ ਅਪਰਾਧੀ ਸੀਗਾ ਉਹਨੂੰ ਸਮਝੇ ਨਹੀਂ ਸਕੇ, ਉਹਨੂੰ ਸਮਝੇ ਨਹੀਂ ਸਕੇ ਸਾਡੇ ਲੋਕਾਂ ਨੂੰ ਇਹੀ ਮੈਂ ਉਸ ਸਮੇਂ ਸਮਝ ਰਿਹਾ ਸੀਗਾ ਵੀ ਚਲੋ ਸਿਰਸੇ ਵਾਲੇ ਦੀ ਕਰਤੂਤ ਹੋਊਗੀ, ਪਰ ਹੌਲੀ ਹੌਲੀ ਸਾਰੀ ਗੱਲ ਸਾਹਮਣੇ ਆ ਗਈ। ਆਹ ਜਿਹੜਾ ਰੁਪਿੰਦਰ ਸਿੰਘ ਆ, ਮੈਂ ਤਾਂ ਇਹਨੂੰ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਵਿੱਚ ਵੀ ਰੱਖਿਆ ਹੋਇਆ ਸੀ ਜਥੇਬੰਦੀ 'ਚ, ਮੈਨੂੰ ਵੀ ਨਹੀਂ ਬਿਲਕੁਲ ਨਹੀਂ ਪਤਾ ਸੀ, ਮੁੜ ਕੇ ਚਲੋ ਬਾਹਰ ਆ ਜਥੇਬੰਦੀ 'ਚੋਂ, ਇਹ ਕੁਛ ਸਮਾਂ ਪਹਿਲਾਂ ਆਪੇ ਛੱਡ ਗਿਆ ਸੀਗਾ ਬਿਨਾਂ ਕੋਈ ਕਾਰਨ ਦੱਸੇ, ਅਤੇ ਆਪਾਂ ਨਾ ਇਹਨੂੰ ਵਿੱਚ ਲਿਆਂਦਾ, ਕਿਉਂਕਿ ਮੈਨੂੰ ਹੁਣ ਤਾਂ ਚਲੋ ਪਤਾ ਹੀ ਲੱਗ ਗਿਆ ਇਹੋ ਜਿਹੇ ਕੁੱਤੇ ਬੰਦਿਆਂ ਦਾ, ਇਹਨੂੰ ਅਸੀਂ ਉਂਝੋਂ ਨਹੀਂ ਲੈ ਕੇ ਆਉਂਦੇ ਵਿੱਚ। ਸੰਗਤ ਜੀ ਹੁਣ ਇਹਦਾ ਕੀ ਕਰਨਾ ਆ, ਇਹ ਤੁਸੀਂ ਆਪੇ ਹਿਸਾਬ ਕਿਤਾਬ ਲਾ ਲਓ। ਅਤੇ ਊਂ ਜੋ CBI ਸੀ ਪੁਲਿਸ ਸੀਗੀ ਉਹਦੇ ਕੋਲ ਉਸ ਸਮੇਂ ਪੂਰੇ ਸਬੂਤ ਸੀਗੇ, ਮੈਨੂੰ ਹੁਣ ਪਤਾ ਨਹੀਂ ਹੁਣ ਕੀ ਹੋਣਾ ਉਹਨਾਂ ਚੀਜ਼ਾਂ ਦਾ, ਮੈਨੂੰ ਕੁਛ ਨਹੀਂ ਪਤਾ, ਪਰ ਉਸ ਸਮੇਂ ਸਰਕਾਰ ਕੋਲ ਪੂਰੇ ਸਬੂਤ ਸੀ ਇਹਦੇ ਖਿਲਾਫ਼। ਸੰਗਤ ਤੋਂ, ਸੰਗਤ ਦੇ ਵਿੱਚ ਜੋ ਰੋਸ ਸੀਗਾ, ਜੋ ਇਹ ਹੀਰੋ ਬਣੇ ਫਿਰਦੇ ਸੀ ਉਸ ਚੀਜ਼ ਤੋਂ ਡਰਦੇ ਹੋਏ ਉਹਨਾਂ ਨੇ ਇਹਨਾਂ ਨੂੰ ਬਰੀ ਕਰਤਾ ਸੀਗਾ। ਅਤੇ ਹੁਣ ਮਾਮਲਾ ਆ ਪੰਥ ਦੀ ਕਚਹਿਰੀ ਦੇ ਵਿੱਚ, ਹੁਣ ਤੁਸੀਂ ਆਪ ਹਿਸਾਬ ਕਿਤਾਬ ਲਾ ਲਓ ਇਹਦਾ ਕੀ ਕਰਨਾ ਕੀ ਆ।
ਤੇ ਅਕਾਲੀ ਦਲ ਵਾਲਿਆਂ ਦਾ ਜੋ ਵੀ ਆ ਉਹਨਾਂ ਨੇ ਜੋ ਗੰਦ ਪਾਉਣਾ ਸੀ ਉਹਨਾਂ ਨੇ ਪਾਤਾ, ਤੇ ਉਹਨਾਂ ਦੇ ਗੰਦ ਤੋਂ ਇਹਨਾਂ ਨੇ ਹਵਾ ਲੈ ਕੇ ਇਹਨਾਂ ਨੇ ਤਾਂ ਕਹਿ ਲਓ ਇਹੋ ਜਿਹੀ ਕਰਤੂਤ ਕੀਤੀ ਹੈ ਜਿਹਦਾ ਜਿਹੜੀ ਕੋਈ ਮਾਫ਼ੀ ਹੋਈ ਨਹੀਂ ਗੀ। ਬਹੁਤ ਗੰਦ ਪਾਇਆ ਇਹਨਾਂ ਨੇ, ਮਹਾਰਾਜ ਦੇ ਸਰੂਪ ਖਿਲਾਰੇ ਨੇ। ਹੁਣ ਕਈ ਕਹਿਣਗੇ ਜੀ ਸਿੱਖਾਂ ਨੇ ਆਪੇ ਬੇਅਦਬੀ ਕਰਤੀ ਕਿਤੇ ਮਹਾਰਾਜ ਦੀ, ਉਹ ਸਿੱਖ ਥੋੜ੍ਹੀ ਨੇ, ਇਹ ਕਾਮਰੇਡ ਬੰਦੇ ਨੇ ਸਾਡੇ ਵਿੱਚ ਬੜੇ ਹੋਏ। ਹੁਣ ਜੇ ਸ਼ਕਲ ਉਹ ਦਾੜੀਆਂ ਰੱਖੀਆਂ ਹੋਈਆਂ ਨੇ ਇਹਨੇ ਤਾਂ ਗਾਤਰੇ ਪਾ ਲਏ, ਤਾਂ ਇਹਦਾ ਮਤਲਬ ਇਹ ਥੋੜ੍ਹੀ ਇਹ ਸਿੱਖ ਬਣ ਗਏ, ਇਹ ਕਾਮਰੇਡੀ ਸੋਚ ਵਾਲੇ ਬੰਦੇ ਨੇ, ਇਹ ਤਾਂ ਰੂਹਾਨੀਅਤ ਨੂੰ ਸਿਰੇ ਤੋਂ ਨਕਾਰਦੇ ਨੇ, ਪੁਰਾਤਨ ਗ੍ਰੰਥਾਂ ਦੇ ਕਿੰਤੂ ਇਹ ਕਰਦੇ ਨੇ, ਨਾਮ ਜਪਣ ਤੇ ਕਿੰਤੂ ਇਹ ਕਰਦੇ ਨੇ, ਇਹਨਾਂ ਨੇ ਤਾਂ ਕੋਈ ਚੀਜ਼ ਛੱਡੀ ਉਹ ਹੈ ਨਹੀਂ, ਪੁਰਾਤਨ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਕਿੰਤੂ ਇਹ ਕਰਦੇ ਨੇ। ਤੁਸੀਂ ਬੰਦਿਆਂ ਖਿਲਾਫ਼ ਬੋਲੋ, ਸੰਸਥਾਵਾਂ ਖਿਲਾਫ਼ ਕਿਉਂ ਬੋਲਦੇ ਹੋ? ਜੇ ਇਹਨਾਂ ਦੇ ਨਾਲ ਕੋਈ ਵਿਚਾਰ ਕਰਨ ਬੈਠਦਾ ਤਾਂ ਚੱਜ ਦੇ ਬੰਦੇ ਦੇ ਨਾਲ ਵਿਚਾਰ ਕਰਕੇ ਤਿਆਰ ਨਹੀਂ ਹੈਗੇ। ਹਰ ਥਾਂ ਹਾਰੇ ਨੇ ਇਹ, ਜੇ ਚੱਜ ਦੇ ਬੰਦੇ ਦੇ ਮੂਹਰੇ ਕਿਤੇ ਬੈਠਦੇ ਨੇ ਭੌਂਕ ਕੇ ਚਲੇ ਜਾਂਦੇ ਨੇ। ਕੈਲੰਡਰ ਦੀ ਇਹਨਾਂ ਨੇ ਸਪੋਰਟ ਕੀਤੀ ਸਾਰਿਆਂ ਨੇ, ਆ ਜਿਹੜਾ ਪੁਰੇਆਲ ਦਾ ਗੰਦਾ ਕੈਲੰਡਰ ਸੀਗਾ ਜਿਹਦੇ ਉਦੋਂ ਕੇ ਜਿਹਦੇ ਮਗਰ ਲਗਾ ਸੀ, ਉਹਦੀ ਸਪੋਰਟ ਇਹਨਾਂ ਨੇ ਕੀਤੀ। ਕੈਲੰਡਰ ਨੇ ਉਹਨੇ ਦਸਮ ਬਾਣੀ ਰੱਦ ਕਰਦਾ, ਉਹ ਵੀ ਇਹਦਾ ਸਭ ਤੋਂ ਪਹਿਲਾਂ ਟਾਰਗੇਟ ਦਸਮ ਬਾਣੀ ਆ, ਫਿਰ ਇਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾਉਣਾ। ਸੋ ਸੰਗਤ ਜੀ ਸੁਚੇਤ ਹੋ ਜਾਓ, ਬਾਕੀ ਹੋਰ ਵੀ ਕੋਈ ਨਾ ਹੌਲੀ ਹੌਲੀ ਗਲਾਸੇ ਹੁੰਦੇ ਰਹਿਣਗੇ। ਅਤੇ ਹੁਣ ਜੇ ਉਦਾਸ ਨੂੰ ਇਜਾਜ਼ਤ, ISF ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।